ਪੰਜਾਬ ਮੀਲ ਯੂਐਸਸੀ ਟੀਵੀ ਚੈਨਲ ਦੇ ਪਿਆਰੇ ਦਰਸ਼ਕੋ ਨਿੱਗੀ ਜਿਆਨੂ ਮੈਂ ਹਾਂ ਬਲਕਾਰ ਸਿੰਘ ਤੇ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਜਿਹੜੇ ਮੁੱਦੇ ਲੈਨੇ ਹਾਂ ਉਹ ਦੇਸ਼ਾਂ ਪਰਦੇਸ਼ਾਂ ਪੰਜਾਬ ਨਾਲ ਸੰਬੰਧਿਤ ਤੇ ਬਾਹਰੀ ਦੁਨੀਆ ਨਾਲ ਵੀ ਬਿਲਕੁਲ ਸੰਬੰਧਿਤ ਹੁੰਦੇ ਆ ਤੇ ਅੱਜ ਅਸੀਂ ਉਹਨਾਂ ਦੇ ਨਾਲ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਪੱਖੇ ਮਸਲੇ ਨੇ ਔਰ ਉਹਨਾਂ ਦਾ ਕੀ ਨਿਪਟਾਰਾ ਹੋਇਆ ਔਰ ਸਭ ਤੋਂ ਪਹਿਲਾਂ ਅਸੀਂ ਉਹ ਲਵਾਂਗੇ ਕਿ ਨਵੀਂ ਬਣੀ ਐਨਡੀਏ ਸਰਕਾਰ ਦਾ ਪਹਿਲਾ ਬਜਟ 2024-25 ਪੇਸ਼ ਕੀਤਾ ਵਿੱਤ ਮੰਤਰੀ ਸitaraman ਵੱਲੋਂ ਸੰਸਦ ਵਿੱਚ ਔਰ ਦੂਸਰਾ ਹੈਗਾ ਅਕਾਲੀ ਦਲ ਆਗੂ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਕੋਰ ਕਮੇਟੀ ਕੀਤੀ ਪੰਗ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ NEET UGC ਪ੍ਰੀਖਿਆ ਰੱਦ ਕਰਨ ਤੋਂ ਇਨਕਾਰ 트럼ਪ ਅਮਰੀਕੀ ਸੰਵਿਧਾਨ ਨੂੰ ਖਤਮ ਕਰ ਦੇਣਗੇ ਜੇਕਰ ਸਤਾ ਵਿੱਚ ਆਏ ਕਮਲਾ ਹੈਰਿਸ ਕਿਸਾਨ ਅੰਦੋਲਨ ਫਿਰ ਤੋਂ ਮਗਿਆ ਜਥੇਬੰਦੀਆਂ ਨੇ ਦਿੱਲੀ ਵੱਲ ਕੀਤਾ ਕੋਚ ਭਗਵੰਤ ਮਾਨ ਮਾਝੇ ਤੇ ਦੁਆਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਹਫ਼ਤੇ ਵਿੱਚ ਦੋ ਦਿਨ ਜਲੰਧਰ ਆਇਆ ਕਰਨਗੇ ਔਰ ਮੇਰਾ ਖਿਆਲ ਹੈ ਕਿ ਅਸੀਂ ਪਹਿਲੇ ਵਿਸ਼ੇ ਤੇ ਤੁਹਾਡੇ ਨਾਲ ਸਾਂਝ ਪਾਈਏ ਉਹ ਇਹ ਹੈ ਕਿ ਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਸਾਡਾ ਸਾਲਾਨਾ ਬਜਟ ਆ ਉਹ ਪੇਸ਼ ਕੀਤਾ ਗਿਆ ਵਿੱਤ ਮੰਤਰੀ ਸੀਧਾਰਾਮਨ ਜੀ ਵੱਲੋਂ ਪਹਿਲਾਂ ਰਾਸ਼ਟਰਪਤੀ ਜੀ ਕੋਲੋਂ ਉਹਨਾਂ ਨੇ ਅਪਰੂਵਲ ਲਈ ਔਰ ਰਸ਼ਪਤੀ ਮਰਮੂਜੀ ਨੇ ਉਹਨਾਂ ਦਾ ਮੂੰਹ ਮਠਕਰਾ ਕੇ ਦਹੀਂ ਵੀ ਖਵਾਇਆ ਉਹਨਾਂ ਨੂੰ ਕਿ ਇਹ ਸ਼ੁਭ ਦਿਹਾੜਾ ਹੈ ਔਰ ਇਹਦੇ ਵਿੱਚ ਜਦੋਂ ਇਹ ਪੇਸ਼ ਕੀਤਾ ਗਿਆ ਵਿਰੋਧੀ ਧਾਲਵੀ ਉਹਦੇ ਵਿੱਚ ਬੈਠੇ ਸਨ ਔਰ ਚੰਡੀਰੇ ਸਾਰੇ ਹੀ ਜਿਨਨੇ ਸੰਸਦ ਸੀਗੇ ਮੰਤਰੀ ਸੀਗੇ ਉਹ ਸੀਗੇ ਬਰਾਜਮਾਨ ਔਰ ਜਦੋਂ ਪੇਸ਼ ਕੀਤਾ ਗਿਆ ਕੱਲ ਉਹਦੇ ਵਿੱਚ ਬੜੀ ਬਹਿਸ-ਬਾਸੀ ਵੀ ਹੋਈ ਔਰ ਵੈਸੇ ਤਾਂ ਸ਼ਾਂਤੀਪੂਰਵਕ ਹੀ ਨਪਟਾਰਾ ਹੋ ਗਿਆ ਆਹੜਾ 48 ਹਰ ਕਰੋੜ ਦਾ ਬਿੱਲ ਸੀਗਾ ਲਗਪਾਰ ਉਹਦੇ ਵਿੱਚ ਇਹਨਾਂ ਨੇ ਡਿਫੈਂਸ ਦਾ ਵੀ ਹਿੱਸਾ ਰੱਖਿਆ ਖੇਤੀਬਾੜੀ ਦਾ ਵੀ ਨਾਮ ਰੱਖਿਆ ਵਿਦਿਆ ਦਾ ਵੀ ਰੱਖਿਆ ਔਰ ਉਹਦੇ ਵਿੱਚ ਇਨਕਮ ਟੈਕਸ ਦਾ ਖਾਸੌਰ ਤੇ ਧਿਆਨ ਰੱਖਿਆ ਕਿ ਇਨਕਮ ਟੈਕਸ ਦਾ ਜਿਹੜਾ ਸੀਗਾ ਉਹਦੇ ਵਿੱਚ 3 ਲੱਖ ਤੋਂ ਜਿਹੜਾ ਉਹਨਾਂ ਨੇ ਛੋੜ ਦਿੱਤੀ ਔਰ ਉਸ ਤੋਂ ਬਾਅਦ ਉਹ ਫਰੀ ਹੈ ਔਰ 3 ਲੱਖ ਤੋਂ ਅੱਗੇ ਜਿਹੜਾ ਹੈਗਾ ਵਾ 3 ਤੋਂ 7 ਉਹਨੂੰ 5% ਲਾਇਆ ਫਿਰ 7 ਤੋਂ 10 ਜਿਹੜਾ ਹੈਗਾ ਉਹਨੂੰ 10% ਲਾਇਆ ਦਾਸ ਤੋਂ ਜਿਹੜਾ 12% ਤੋਂ ਨੂੰ 12 15% ਔਰ 15% ਤੋਂ ਅੱਗੇ ਜਿਹੜਾ ਹੈ 15 ਦਾ 15 ਲੱਖ ਤੋਂ ਅੱਗੇ ਜਿਹੜਾ ਹੈਗਾ ਉਹ ਵੀ ਪਰਸੈਂਟ ਨੂੰ ਕਟੌਤੀ ਹੋਏਗੀ ਟੈਕਸ ਲੱਗੇਗਾ ਔਰ ਇਹ ਦੇ ਨਾਲ ਹੀ ਜਿਹੜੇ ਵੀ ਲੋਕ ਵਿਚਾਰੇ ਤਨਖਾਹ ਵਾਲੇ ਸੀਗੇ ਜਾਂ ਜਿਹੜੇ ਕੰਮ ਕਰਦੇ ਸੀਗੇ ਉਹਨਾਂ ਦਾ ਜਿਹੜਾ ਰੋਜ਼ਗਾਰ ਉਹ ਅੱਛਾ ਚੱਲੇਗਾ ਔਰ ਇਹਦੇ ਵਿੱਚ ਜਿਹੜੀ ਇਹਨਾਂ ਨੇ ਡਿਡਕਸ਼ਨ ਕੀਤੀ ਸੀ ਉਹ ਪਹਿਲਾਂ 50000 ਸੀਇਤ ਕੀ 75000 ਕਰ ਦਿੱਤੀ ਗਈ ਔਰ ਇਹਦੇ ਵਿੱਚ ਖਾਸ ਤੌਰ ਤੇ ਇਹਨਾਂ ਖਾਸ ਕਿਆਰਕਿਆ ਕਿਸਾਨਾਂ ਦਾ ਵੀ ਕਿਸਾਨਾਂ ਦੇ ਵਿੱਚ ਵੀ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਜਿਹੜਾ ਐਗਰੀਕਲਚਰ ਇੰਪਰੂਵਮੈਂਟਸ ਨੇ ਉਹਨਾਂ ਤੇ ਵੀ ਕੁਝ ਨਾ ਕੁਝ ਛੋਟ ਦਿੱਤੀ ਜਾਊਗੀ ਔਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਨੈਚੁਰਲ ਖੇਤੀ ਹੈਗੀ ਆ ਉਹਦੇ ਵਿੱਚ ਜਿਹੜੇ ਕਿਸਾਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਊਗੀ ਔਰ ਉਹਦੇ ਵਿੱਚ ਬੀਜ ਵੀ ਦਿੱਤੇ ਜਾਣਗੇ ਔਰ ਉਹਦੇ ਵਿੱਚ ਦੱਸਿਆ ਜਾਏਗਾ ਖੇਤੀਬਾੜੀ ਅਫਸਰਾਂ ਵੱਲੋਂ ਕਿ ਕਿੱਥੇ-ਕਿੱਥੇ ਕੀ ਕੁਝ ਹੋ ਸਕਦਾ ਕਿਹੜੇ ਮੌਸਮ ਚ ਕੀ ਕੁਝ ਲਾਇਆ ਜਾ ਸਕਦਾ ਔਰ ਇਸ ਤੋਂ ਬਾਅਦ ਆ ਬਾਕੀ ਇਹਨਾਂ ਰੇਲਵੇ ਦੀ ਕੋਈ ਗੱਲ ਨਹੀਂ ਕੀਤੀ ਰੇਲਵੇ ਦੇ ਤੋਂ ਥੋੜਾ ਜਨਾ ਨਾ ਪਾਸਾ ਵਟ ਜਦੋਂ ਕਿ ਰੇਲਵੇ ਬੜਾ ਕਮਾਊ ਵਿਭਾਗ ਹੈ ਔਰ ਇਹਦੀ ਇਨਕਮ ਬਾਤ ਹੁੰਦੀ ਹੈ ਔਰ ਉਹਦੇ ਵਿੱਚ ਜੋ ਕੋ ਫੰਡਿੰਗ ਰੱਖੀ ਆ ਉਹਦੇ ਬਾਰੇ ਬਹੁਤ ਕੁ ਨਹੀਂ ਰੱਖਿਆ ਰੱਖਿਆ ਫੰਡ ਵੀ ਰੱਖਿਆ ਜਿੱਥੇ ਡਿਫੈਂਸ ਦਾ ਜਿਹੜਾ ਪੈਸਾ ਸੀ ਉਹ ਕਾਫੀ ਰੱਖਿਆ ਉਹਦੇ ਵਿੱਚ ਔਰ ਸੋਨਾ ਵੀ ਥੋੜਾ ਸਸਤਾ ਕੀਤਾ ਟੈਕਸ ਘਟਾਏ ਗਏ ਚਾਂਦੀ ਵੀ ਘਟਾਈ ਦੇ ਪੈਸੇ ਘਟਾਏ ਗਏ ਖਾਸ ਤੌਰ ਤੇ ਸਾਡੇ ਨੌਜਵਾਨ ਵੀ ਖੁਸ਼ ਹੋਣਗੇ ਕਿ ਉਹਨਾਂ ਦੇ ਜਿਹੜੇ ਬੇਰੁਜ਼ਗਾਰੀ ਪੱਤੇ ਸੀ ਉਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਕੁਝ 15000 ਤੋਂ ਨਾਲ ਤੋਂ ਉਹਨਾਂ ਦੀ ਤਨਖਾਹ ਸ਼ੁਰੂ ਹੋਊਗੀ ਤੇ ਬਾਕੀ ਕੰਪਨੀ ਅਨੁਸਾਰੀ ਉਹਨਾਂ ਨੂੰ ਇਨਸਟਰਕਸ਼ਨਾਂ ਦੇ ਦਿੱਤੀਆਂ ਹਦਾ ਤਾਂ ਕਿ ਖਾਸ ਕਰਕੇ ਜਿਹੜੇ ਵੀ ਬੱਚੇ ਪਲੱਸ 2 ਪੜ੍ਹੇ ਔਰ ਇਸ ਤੋਂ ਬਾਅਦ ਹਾਇਰ ਸਟੱਡੀ ਵਾਲੇ ਬੱਚੇ ਆਉਣਗੇ ਉਹਨਾਂ ਨੂੰ ਜੌਬ ਦਿੱਤੀ ਜਾਊਗੀ ਔਰ ਘਟੋ-ਘਟ ਤਨਖਾਹ ਤੋਂ ਜੜਾਉਣਾ ਉਹਨਾਂ ਨੂੰ ਵਾਤਵਾਤ ਸ਼ੁਰੂ ਕੀਤਾ ਜਾਊਗਾ ਤਾਂ ਕਿ ਉਹਨਾਂ ਬੱਚਾਂ ਦਾ ਗੁਜ਼ਾਰਾ ਹੁੰਦਾ ਜਾਵੇ ਔਰ ਖਾਸ ਕਰਕੇ ਕੁੜੀਆਂ ਲਈ ਉਹਨਾਂ ਨੇ ਪਹਿਲ ਦਿੱਤੀ ਹੈ ਕਿ ਜਿਹੜੀਆਂ ਕੁੜੀਆਂ ਟਾਪਰ ਨੇ ਜਿਹੜੀਆਂ ਕੁੜੀਆਂ ਜ਼ਿਆਦਾ ਨੰਬਰ ਲੈ ਕੇ ਪਾਸ ਹੁੰਦੀਆਂ ਨੇ ਉਹਨਾਂ ਲਈ ਵੀ ਜੌਬ ਜਿਹੜੀ ਹੈ ਉਹਦੇ ਸਾਰੇ ਖੇਤਰਾਂ ਵਿੱਚ ਖੁੱਲੀ ਕਰ ਦਿੱਤੀ ਗਈ ਹੈ ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਹੈਗਾ ਕਿ ਜਿਸ ਤਰ੍ਹਾਂ ਬਾਕੀ ਇਹਨਾਂ ਨੇ ਕਿਹਾ ਕਿ ਇਹ ਬਜਟ ਵਿੱਚ ਮੈਂਸ਼ਨ ਕੀਤਾ ਕਿ ਜਿਹੜੇ ਮੋਬਾਈਲ ਆ ਉਹ ਥੋੜੇ ਸਸਤੇ ਹੋਗੇ ਚਾਰਜਰ ਸਸਤੇ ਹੋਗੇ ਨੌਜਵਾਨਾਂ ਲਈ ਬੜਾ ਦੁਸ਼ਾ ਖਾਸ ਕਰਕੇ ਬਾਕੀ ਸਾਰਿਆਂ ਨੂੰ ਕਿਉਂਕਿ ਸਾਰੇ ਹੀ ਡਿਪੈਂਡੈਂਟ ਹੋ ਗਏ ਮੋਬਾਈਲ ਤੇ ਔਰ ਮੋਬਾਈਲ ਜਿਹੜੀ ਹੈਗੀ ਸਾਡੀ ਬੇਸਿਕ ਜਿਹੜੀ ਹੈ ਨੈਸੈਸਿਟੀ ਬਣ ਗਈ ਹੈ ਔਰ ਇਹਦੇ ਨਾਲ ਅਸੀਂ ਬਾਹਰਲੇ ਦੇਸ਼ਾਂ 'ਚ ਬੈਠੇ ਬੱਚਿਆਂ ਨਾਲ ਵੀ ਗੱਲਾਂ ਕਰ ਲੈਨੇ ਆ ਉਹ ਉਹ ਸਮੱਸਿਆ ਜਦੋਂ ਕਮਿਊਨੀਕੇਸ਼ਨ ਦੀ ਥੋੜੀ ਪ੍ਰੋਬਲਮ ਹੁੰਦੀ ਚਿੱਠੀਆਂ ਪਾਉਂਦੇ ਸੀ ਜਾਂ ਜਿਹੜੇ ਜੀਪੀਓ ਜਿਹੜੇ ਗ੍ਰਾਂਡ ਪੋਸਟ ਆਫਿਸ 'ਚ ਉੱਥੇ ਜਾ ਕੇ ਆਪਾਂ ਬੁਕਿੰਗ ਕਰਾਉਂਦੇ ਸੀਗੇ ਔਰ ਇੱਕ ਮਿੰਟ ਦੇ ਕਿੰਨੇ ਪੈਸੇ ਲੱਗਦੇ ਸੀਗੇ ਹੁਣ ਅਸੀਂ ਖਾਸ ਕਰਕੇ WhatsApp ਤੇ ਜਾਂ Instagram ਤੇ ਜਾਂ ਕਿਸੇ ਮੈਸेंजर ਤੇ ਬੱਚਿਆਂ ਨਾਲ ਗੱਲ ਕਰ ਸਕਦੇ ਆ ਸੋਸ਼ਲ ਮੀਡੀਆ ਨੂੰ ਇਹਨਾਂ ਨੇ ਪ੍ਰਮੁੱਖ ਰੱਖਿਆ ਉਹਦੇ ਵਿੱਚ ਇਹਨਾਂ ਨੇ ਮੋਬਾਈਲ ਵੀ ਸਸਤੇ ਕਰ ਦਿੱਤੇ ਆ ਔਰ ਉਸ ਤੋਂ ਬਾਅਦ ਜਿਹੜੀ ਪਰਿਵਾਰਕ ਪੈਨਸ਼ਨ ਸੀ ਫੈਮਿਲੀ ਪੈਨਸ਼ਨ ਉਹ ਉਹਦੀ ਕਟੌਤੀ ਜਿਹੜੀ ਸੀ ਹੁੰਦੀ ਸੀਗੀ ਜਿਹੜੀ ਉਹਦੇ ਵਿੱਚ 15000 ਸੀ ਪਹਿਲਾਂ 15000 ਤੇ ਟੈਕਸ ਲੱਗਦਾ ਸੀ ਫਿਰ ਉਹਨਾਂ ਨੇ ਵਧਾ ਕੇ 25000 ਕਰ ਦਿੱਤਾ ਉਹਦੇ ਵਿੱਚ ਜਿਹੜਾ ਟੈਕਸ ਸੀਗਾ ਉਹ ਹੁਣ ਉਹਦੇ ਵਿੱਚ ਥੋੜੀ ਰਾਤ ਮਿਲੇਗੀ ਜਿਹੜੇ ਵੀ ਫੈਮਿਲੀ ਮੈਂਬਰ ਨੇ ਇਹਦਾ ਇਹ ਫੈਮਿਲੀ ਮੈਂ ਜਿਹੜੀ ਪੈਨਸ਼ਨ ਹੈ ਹੁੰਦੀ ਸੀ ਕਿ ਜਦੋਂ ਕੋਈ ਕਰਮਚਾਰੀ ਸਰਕਾਰੀ ਕਰਮਚਾਰੀ ਆਪਣੀ ਪੈਨਸ਼ਨ ਲੈਂਦਾ ਵਾ ਆਪਣੀ ਸਾਰੀ ਸਰਵਿਸ ਪੂਰੀ ਕਰਕੇ ਉਸ ਤੋਂ ਬਾਅਦ ਉਹ ਜਿਹੜਾ ਕਿਤੇ ਉਹਦੀ ਅਚਾਨਕ ਮੌਤ ਹੋ ਜਾਂਦੀ ਜੇ ਕੁਛ ਉਹਦੇ ਨਾਲ ਜੀ ਨੋਮਿਨੀ ਜਾ ਉਹਦੀ ਵਾਈਫ ਨੂੰ ਜਿਹੜੀ ਪੈਨਸ਼ਨ ਮਿਲਦੀ ਉਹਨੂੰ ਜਿਹੜੀ ਹੈਗੀ ਫੈਮਿਲੀ ਪੈਨਸ਼ਨ ਕਹਿੰਦੇ ਆ ਉਹਦੇ ਵਿੱਚ ਵੀ ਉਹਨਾਂ ਨੇ ਰਾਹ ਦਿੱਤੀ ਆ ਉਹ ਸਾਰੇ ਪਾਸੇ ਉਹਨਾਂ ਨੇ ਇਹ ਕੰਮਲਾ ਕੀਤਾ ਹੈਗਾ ਔਰ ਉਹਦੇ ਵਿੱਚ ਕਿਸਾਨ ਥੋੜੇ ਜਿਹਾ ਇਸ ਤੋਂ ਨਰਾਜ਼ ਹੋਏ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਪੰਜ ਗਰੰਟੀਆਂ ਸੀਗੀਆਂ ਕਟੋ-ਕਟ ਸਮਰਥਨ ਮਿਲਦੀਆਂ ਉਹਦੇ ਵਿੱਚ ਨਹੀਂ ਜ਼ਿਕਰ ਕੀਤਾ ਗਿਆ ਔਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਕਟੋ-ਕਟ ਸਮਰਥਨ ਮੁੱਲ ਹੈਗਾ ਐਮਐਸਪੀ ਹੈਗੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀਆਂ ਵੱਤਵਤ ਫਸਲਾਂ ਆ ਬੀਜ ਦੇ ਨਕਸਾਨ ਉਹਦੇ ਵਿੱਚ ਸੌਣੀ ਦੀਆਂ ਹਾੜੀ ਦੀਆਂ ਫਸਲਾਂ ਆ ਗਈਆਂ ਨੇ ਗੰਨਾ ਹੈਗਾ ਉਹਦੇ ਵਿੱਚ ਮੱਕੀ ਹੈਗੀ ਝੋਨਾ ਹੈਗਾ ਔਰ ਉਹਦੇ ਚ ਦਾਣਾਂ ਨੇ ਸਬਜ਼ੀਆਂ ਉਹਦੇ ਲਈ ਖਾਸ ਤੌਰ ਤੇ ਕੋਈ ਵੀ ਐਮਐਸਪੀ ਜਿਹੜੀ ਗਰੰਟੀ ਵਾਲੀ ਸੀ ਉਹ ਨਹੀਂ ਦਿੱਤੀ ਗਈ ਔਰ ਉਹਦੇ ਵਿੱਚ ਕੁਝ ਨਰਾਜ਼ਗੀ ਪੇਸ਼ ਕੀਤੀ ਆ ਕਿਸਾਨਾਂ ਨੇ ਔਰ ਉਹਦੇ ਵਿੱਚ ਇਸ ਤੋਂ ਬਾਅਦ ਇਹ ਜਿਹੜਾ ਮਸਲਾ ਸੀਗਾ ਇਹ ਉਲਝਿਆ ਰਿਹਾ ਕਿਸਾਨਾਂ ਦਾ ਕਿਉਂਕਿ ਕਿਸਾਨਾਂ ਨੂੰ ਕੁਝ ਕਰਨਾ ਜਿਹੜੀ ਸਰਕਾਰ ਦਾ ਫਰਜ਼ ਬਣਦਾ ਪਰ ਸਰਕਾਰ ਨੇ ਥੋੜਾ ਇਸ ਪਾਸੇ ਪਾਸਾ ਵਟਿਆ ਰਿਆ ਤਾਂ ਕਿ ਬਾਕੀ ਜਿਹੜੇ ਹੈਗੇ ਸੀ ਉਹਨਾਂ ਨੂੰ ਸੂਭਤਾਤ ਬਹੁਤ ਦਿੱਤੀ ਹੈਗੀਆਂ ਔਰ ਸਟੈਂਡਿੰਗ ਕ੍ਰੌਪ ਦੇ ਬਾਰੇ ਵੀ ਅਜੇ ਕੁਝ ਜ਼ਿਕਰ ਨਹੀਂ ਆ ਜਿਹੜੀ ਵਿੱਚ ਬੀਮਾ ਹੁੰਦਾ ਜਿਹੜੀ ਖੜੀ ਫਸਲ ਦਾ ਬੀਮਾ ਹੁੰਦਾ ਕੋਈ ਆਫਤ ਆ ਜਾਂਦੀ ਕੋਈ ਨੇਰੀ ਆ ਜਾਂਦੀ ਕੋਈ ਮੀਂਹ ਆ ਜਾਂਦਾ ਜਦੋਂ ਉਹ ਫਸਲ ਤਬਾਹ ਹੋ ਜਾਂਦੀ ਹੈ ਤਾਂ ਉਹਦਾ ਸਾਰਾ ਮੁਆਵਜ਼ਾ ਜਿਹੜੀ ਗਵਰਨਮੈਂਟ ਦਿੰਦੀ ਆ ਦੂਸਰੇ ਪਾਸੇ ਇਹ ਵੀ ਲੋਕਾਂ ਵੱਲੋਂ ਅਲੋਚਨਾ ਕੀਤੀ ਗਈ ਆ ਵਿਰੋਧੀ ਧਿਰਾਂ ਵੱਲੋਂ ਕਿ ਇਹਨਾਂ ਨੇ ਆਪਣੇ ਹੀ ਜਿਹੜੇ ਇਹਨਾਂ ਦੇ ਨਾਲ ਸਰਕਾਰ ਬਣਾਉਣ ਵਿੱਚ ਸਹਾਈ ਹੋਏ ਪਾਰਟੀਆਂ ਉਹਨਾਂ ਦੇ ਹੀ ਸੂਬਿਆਂ ਨੂੰ ਜ਼ਿਆਦੇ ਤੋਂ ਜ਼ਿਆਦਾ ਸਹੂਲਤਾਂ ਦਿੱਤੀਆਂ ਜਿਸ ਵਿੱਚ ਆਂਧਰਾ ਪ੍ਰਦੇਸ਼ ਆ ਜੀ ਨਾਈਡੂ ਜੀ ਜਿੱਥੇ ਦੇ ਰਹੇ ਨੇ ਮੁੱਖ ਮੰਤਰੀ ਔਰ ਉਹਨਾਂ ਦੀ ਪਾਰਟੀ ਆਂਦੀ ਵਿੱਚ ਸ਼ਾਮਲ ਹੋਈ ਆ ਔਰ ਉਹਦੇ ਵਿੱਚ ਬਿਹਾਰ ਨਿਤਿਸ਼ ਕੁਮਾਰ ਦਾ ਸੂਬਾ ਜਿਹੜਾ ਹੈਗਾ ਉਹਦੇ ਉਸਥੇ ਵੀ ਇਹਨਾਂ ਨੇ ਕਾफी ਸਹੂਲਤਾਂ ਦਿੱਤੀਆਂ ਔਰ ਉਹ ਚ ਫੰਡਿੰਗ ਕਾफी ਦਿੱਤੀ ਆ ਵਿਕਾਸ ਫੰਡ ਦੇ ਨਾਂ ਤੇ ਔਰ ਉਹਦੇ ਵਿੱਚ ਉਸ ਤੋਂ ਬਾਅਦ ਕੇਰਲਾ ਵਾਲੇ ਪਾਸੇ ਵੀ ਇਹਨਾਂ ਨੇ ਕੀਤਾ ਹੈ ਔਰ ਉਹਦੇ ਚ ਕਰਨਾਟਕ ਦੇ ਵਿੱਚ ਵੀ ਸਹੂਲਤਾਂ ਦਿੱਤੀਆਂ ਪਰ ਇਹਦੇ ਵਿੱਚ ਪਾ ਲਾ ਕੇ ਇਹਨਾਂ ਨੇ ਉਹ ਸੂਬੇ ਲਏ ਆ ਜਿਹਦੇ ਵਿੱਚ ਇਹਨਾਂ ਦੀ ਆਪਣੀਆਂ ਸਰਕਾਰਾਂ ਬਣੀਆਂ ਔਰ ਪੰਜਾਬ ਵੱਲੋਂ ਇਹਨਾਂ ਨੇ ਪਾਸਾ ਵਟ ਛੱਡੇ ਪੰਜਾਬ ਨੂੰ ਬਹੁਤ ਕੁਝ ਨਹੀਂ ਦਿੱਤਾ ਜਦੋਂ ਕਿ ਪੰਜਾਬ ਜਿਹੜਾ ਹੈਗਾ ਬਾਰਡਰ ਸਟੇਟ ਹੈ ਔਰ ਇਹਦੇ ਵਿੱਚ ਲੋਕਾਂ ਨੂੰ ਸਹੂਲਤਾਂ ਦੀ ਜ਼ਰੂਰਤ ਹੈ এডਿਕੇਸ਼ਨ ਦੀ ਜ਼ਰੂਰਤ ਹੈ ਜਿਹਦੇ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਵਾੜੀ ਬੀਜਣ ਵੇਚਣ ਮੰਡੀ ਕਰਨ ਦੀ ਜ਼ਰੂਰਤ ਆ ਉਹ ਉਹਨਾਂ ਵੱਲ ਥੋੜਾ ਜਿਹਾ ਕੱਟ ਕੇ ਆਲ ਦਿੱਤਾ ਔਰ ਪਿੰਡਾਂ ਵਿੱਚ ਰੂਰਲ ਡਵੈਲਪਮੈਂਟ ਦਾ ਜਿਹੜਾ ਪੈਸਾ ਸੀ ਫੰਡਿੰਗਾ ਉਹਦੇ ਦਾ ਕੋਈ ਜ਼ਿਕਰ ਨਹੀਂ ਆਇਆ ਔਰ ਖਾਸ ਕਰਕੇ ਜਿਹੜੇ ਵੀ ਕਿਸਾਨ ਨੇ ਉਹਨਾਂ ਨੇ ਇਸ ਤੇ ਨਰਾਜ਼ਗੀ ਪ੍ਰਗਟਾਈ ਆ ਔਰ ਇਸ ਤੋਂ ਇਲਾਵਾ ਜਿਹੜੇ ਬਾਕੀ ਜਿੰਦੇ ਸੂਬੇ ਸੀਗੇ ਉਹਨਾਂ ਨੇ ਜਿਆਦਾ ਸਹੂਲਤਾਂ ਦਿੱਤੀਆਂ ਔਰ ਪੰਜਾਬ ਦੇਸ ਤੋਂ ਊਨ ਆ ਰਿਹਾ ਔਰ ਇਹਦੇ ਵਿੱਚ ਜਦੋਂ ਕਿ ਇਹਨਾਂ ਨੇ ਹਿਮਾਚਲ ਨੂੰ ਤੇ ਬਾਕੀ ਜਿਹੜੇ ਸੂਬੇ ਨੇ ਜਿੱਥੇ ਹੜਾ ਆਉਂਦਾ ਰਿਹਾ ਉਹਦੇ ਵਿੱਚ ਉਹਨਾਂ ਨੂੰ ਫੰਡਿੰਗ ਕੀਤੀ ਹੈ ਜਦੋਂ ਕਿ ਪੰਜਾਬ ਦੋ ਵਾਰੀ ਹੜ ਦਾ ਜਿਹੜਾ ਸਾਹਮਣਾ ਕਰਦਾ ਪਿਆ ਜਦੋਂ ਹੁਣ ਅਜੇ ਕਿ ਬਾਰਿਸ਼ ਸਿਰ ਤੇ ਹੈ ਸਾਹਮਣਾ ਦਾ ਮਹੀਨਾ ਗੁਜ਼ਰਿਆ ਜਦੋਂ ਵੀ ਲਗਾਤਾਰ ਮੀਂਹ ਪੈ ਗਿਆ ਔਰ ਮੀਂਹ ਪੈਣ ਨਾਲ ਹੜਾ ਆ ਜਾਂਦਾ ਉਹਦੇ ਵਿੱਚ ਕਿਸਾਨਾਂ ਨੇ ਕਿਹਾ ਕਿ ਸਾਡੀ ਬਾਤ ਜਾ ਪੰਜਾਬ ਦੀ ਜਿਹੜੀ ਸਹੂਲਤ ਹਾੜ ਨੂੰ ਰੋਕਣ ਦੀ ਦਿੱਤੀ ਉਹ ਪਾਕਿਸਤਾਨ ਨੇ ਕਿ ਦਿੱਤੀ ਸੀ ਉਹਨਾਂ ਨੇ ਆਪਣੇ ਸਾਰੇ ਉਹ ਦਰੇ ਖੋਲ ਦਿੱਤੇ ਸੀ ਪਾਣੀ ਦੇ ਔਰ ਹਰਿਆਣਾ ਨੇ ਜਵਾਬ ਦੇ ਦਿੱਤਾ ਸੀ ਕਿ ਉਹਨਾਂ ਕਹਿੰਦੇ ਸੀ ਹੁਣ ਤਾਂ ਪਾਣੀ ਤੁਸੀਂ ਸਾਨੂੰ ਭੇਜਦੇ ਜਦੋਂ ਅਸੀਂ ਪਾਣੀ ਮੰਗਦੇ ਤਾਂ ਤੁਸੀਂ ਪਾਣੀ ਨਹੀਂ ਦਿੱਤਾ ਨਾਲ ਦਾ ਸੂਬਾ ਉਹਨਾਂ ਵੀ ਇਹਨਾਂ ਦੇ ਇਸ ਸਹੂਲਤਾਂ ਕੰਨੀ ਕੁਤਰਾਈ ਔਰ ਬਾਕੀ ਜੜੀਆਂ ਹੜ੍ਹ ਦੀ ਹੜ੍ਹ ਨੂੰ ਸਾਹਮਣਾ ਕਰਨ ਲਈ ਜੁੜੀਆਂ ਸਹੂਲਤਾਂ ਨੇ ਉਹਦੇ ਵਿੱਚ ਉਹਨਾਂ ਦੇ ਵਿੱਚ ਦਰਿਆਵਾਂ ਦੇ ਪਾਣੀ ਨੂੰ ਰੋਕਣ ਲਈ ਤੁਸੀਂ ਉਬਰਣੀਆਂ ਸੀਗੀਆਂ ਸੜਕਾਂ ਬਣਾਉਣੀਆਂ ਸੀਗੀਆਂ ਉਹਦੇ ਵੱਲੋਂ ਕੋਈ ਫੰਡਿੰਗ ਨਹੀਂ ਆਈ ਇਹ ਵੀ ਇੱਕ ਦਾ ਵੱਡਾ ਜਿਹੜਾ ਹੈ ਨੁਕਸਾਨ ਹੈ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੇ ਇਹਦੇ ਤੇ ਅਲੋਚਨਾ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਗੁੱਸਾ ਕੀਤਾ ਇਸ ਗੱਲ 'ਤੇ ਕਿ ਪੰਜਾਬ ਨੂੰ ਕਿਉਂ ਪਾਸੇ ਵੱਟ ਛੱਡ ਦਿਆ ਪਰ ਇਹਦੇ ਵਿੱਚ ਜਿਹੜੀ ਸਾਡੀ ਸਰਕਾਰ ਆ ਜਿਹੜੀ ਇਸ ਵੇਲੇ ਮੌਜੂਦ ਆ ਆਪ ਸਰਕਾਰ ਹੈ ਇਹਨਾਂ ਨੇ ਵੀ ਸੁਣੀ ਬਾਤ ਛੱਡੀ ਐ ਇਹ ਵੀ ਕੁਝ ਬੋਲੇ ਨਹੀਂ ਜਾਂ ਕਿ ਇਹਨਾਂ ਨੂੰ ਜਾ ਕੇ ਪਤਾ ਕਰਨਾ ਚਾਹੀਦਾ ਸੀ ਗ੍ਰਹਿ ਮੰਤਰੀ ਜੀ ਨੂੰ ਰਿਕੁਐਸਟ ਕਰਨੀ ਚਾਹੀਦੀ ਸੀ ਕਿ ਅਰ ਸਿ타ਰਮਨ ਜੀ ਨਾਲ ਮੀਟਿੰਗ ਕਰਨੀ ਚਾਹੀਦੀ ਸੀ ਕਿ ਜੋ ਵੀ ਫੰਡਿੰਗ ਹੈਗੀ ਆ ਜੋ ਵੀ ਵਿਕਾਸ ਦੀ ਗੱਲ ਹੈਗੀ ਆ ਆਉਣ ਵਾਲੇ ਬਜਟ ਦੇ ਵਿੱਚ ਪੰਜਾਬ ਨੂੰ ਉਹਦੇ ਵਿੱਚ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੋਏਗਾ ਔਰ ਭਗਵੰਤ ਮਾਨ ਜੀ ਜਦੋਂ ਗਏ ਨੇ ਜਾਂ ਗਏ ਨੇ ਪਰ ਸ਼ਾਇਦ ਇਸ ਤੇ ਮੁੱਦੇ ਤੇ ਉਹਨਾਂ ਨੇ ਗੱਲ ਨਹੀਂ ਛੇੜੀ ਜਦੋਂ ਕਿ ਸੋਭਣਾ ਵਿੱਤ ਕਮਿਸ਼ਨ ਦੇ ਕਮਿਸ਼ਨਰ ਆਏ ਸੀਗੇ ਪੰਜਾਬ ਵਿੱਚ ਉਹਨਾਂ ਨਾਲ ਗੱਲਬਾਤ ਹੋਈ ਪਰ ਉਹਨਾਂ ਨੇ ਵੀ ਫੰਡਿੰਗ ਬਾਰੇ ਕੋਈ ਗੱਲ ਨਹੀਂ ਕੀਤੀ ਕੋਨਸਟਰਕਸ਼ਨਾਂ ਤੋਂ ਗ੍ਰਹਿ ਮੰਤਰੀ ਔਰ ਮંત્રી ਦੇ ਹੁੰਦੇ ਆ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਕੋਈ ਫੰਡਿੰਗ ਦੀ ਬਹੁਤੀ ਵੱਡੀ ਗੱਲ ਨਹੀਂ ਕੀਤੀ ਔਰ ਉਸ ਦੇ ਵਿੱਚ ਵੀ ਇਹਨਾਂ ਨੇ ਕਹਿਤਾ ਕਿ ਜਿਹੜਾ ਪੰਜਾਬ ਦੇ ਵਿਕਾਸ ਲਈ ਗੱਲ ਨਹੀਂ ਕਰੂਗੀ ਸਰਕਾਰ ਉਹ ਪੰਜਾਬ ਦਾ ਹਾਣੀ ਨਹੀਂ ਪੰਜਾਬ ਦਾ ਸਮਰਥਕ ਨਹੀਂ ਔਰ ਪੰਜਾਬ ਦੀ ਜਿਹੜੀ ਇੰਤਰੀ ਸਹੂਲਤਾਂ ਨੇ ਪੰਜਾਬ ਤੇ ਸਾਰੀਆਂ ਗੱਲਾਂ ਤੋਂ ਉਂਹੇ ਰਾਜੰਦੇ ਆ ਔਰ ਇਸ ਬਜਟ ਵਿੱਚ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਕੁਝ ਲੋਕਾਂ ਨੇ ਪਬਲਿਕ ਨੇ ਇਹਦੀ ਪ੍ਰਸ਼ੰਸਾ ਕੀਤੀ ਆ ਕੁਝ ਲੋਕਾਂ ਨੇ ਇਹਦੀ ਆਲੋਚਨਾ ਕੀਤੀ ਆ ਕੁਝ ਇਸ ਤੋਂ ਨਾਰਾਜ਼ ਹੋ ਗਿਆ ਔਰ ਕਈਆਂ ਨੇ ਕਿਹਾ ਕਿ ਪੰਜਾਬ ਤੋਂ ਪਾਸਾ ਵਟ ਲਿਆ ਔਰ ਪਾਲਾ ਕੇ ਡਿਫੈਂਸ ਖੇਤੀਬਾੜੀ ਔਰ ਵਿਦਿਕ ਯੋਜਨਾ ਔਰ ਉਹਦੇ ਵਿੱਚ ਪੰਜਾਬ ਦਾ ਬਾਕੀ ਸਾਰੇ ਹਿੰਦੁਸਤਾਨ ਦਾ ਵਿਕਾਸ ਔਰ ਉਹਦੇ ਵਿੱਚ ਡਿਫੈਂਸ ਦੇ ਨਾਲ ਨਾਲ ਜਿਹੜੇ ਜਿੱਥੇ ਤੇ ਕਿਸਾਨਾਂ ਦੀਆਂ ਬਾਕੀ ਫਸਲਾਂ ਦੀ ਨੈਚਰਲ ਕਲਾਈਮੇਟ ਦੇ ਨਾਲ ਫਸਲਾਂ ਬੀਜਣ ਦਾ ਪ੍ਰਬੰਧਾਂ ਸੀਗਾ ਉਹਦੇ ਵਿੱਚ ਇਹਨਾਂ ਨੇ ਸਰਕਾਰ ਨੇ ਥੋੜਾ ਜਿਹਾ ਗੱਲਬਾਤ ਕੀਤੀ ਆ ਔਰ ਬਾਕੀ ਜਿਹੜੇ ਹੈਗੇ ਬੇਰਜ਼ਗਾਰ ਨੇ ਉਹਨਾਂ ਦੇ ਰੋਜ਼ਗਾਰ ਲਈ ਵੀ ਇਹਨਾਂ ਨੇ ਸਹੂਲਤਾਂ ਦੇਣ ਦੀ ਗੱਲ ਕੀਤੀ ਹੈ ਕੰਪਨੀਆਂ ਨੂੰ ਇਨਸਟਰਕਸ਼ਨਾਂ ਕਰ ਦਿੰਦੀਆਂ ਕਿ ਨੌਕਰੀਆਂ ਮਿਲਣੀਆਂ ਚਾਹੀਦੀਆਂ ਸਾਰਿਆਂ ਨੂੰ ਔਰ ਇਹਦੇ ਵਿੱਚ ਬਾਕੀ ਜਿਹੜੇ ਸਟਾਫ ਹੰਡਾ ਬੱਚਿਆਂ ਦੇ ਉਹਦੇ ਵਿੱਚ ਵੀ ਵਾਦਾ ਕੀਤਾ ਕਿ ਬੱਚਿਆਂ ਦੇ ਜਿਹੜੇ ਪੜਨ ਦੀਆਂ ਸਹੂਲਤਾਂ ਉਹਨਾਂ ਨੂੰ ਅੱਗੇ ਰੱਖਣਾ ਚਾਹੀਦਾ ਹੈਗਾ ਪਾਲਾ ਕੇ ਵੈਸੇ ਇਹਨਾਂ ਨੇ ਮਿਹਨਤ ਕੀਤੀ ਹੈ ਕਿਉਂਕਿ ਕਿਉਂਕਿ ਇਹਨਾਂ ਦਾ ਸਿ타ਰਮਨ ਜੀ ਦਾ 7ਵਾਂ ਬਜਟ ਪੇਸ਼ ਕਰਨ ਦਾ ਸੀਗਾ ਕਿਉਂਕਿ ਪੀਛੇ ਦਾਮਰਮ ਜੀ ਔਰ ਉਸ ਤੋਂ ਪਹਿਲਾਂ ਵਿੱਤ ਮੰਤਰੀ ਦਾ ਡਾਕਟਰ ਮਨਮੋਹਨ ਸਿੰਘ ਜੀ ਔਰ ਜਸਵ ਉਭੀ ਰਹਾ ਕਿਉਂਕਿ ਸਭ ਤੋਂ ਉਹਨਾਂ ਨੇ ਪਰ ਪੰਜ-ਪੰਜ ਵਾਰੀ ਜਿਹੜਾ ਬਜਟ ਪੇਸ਼ ਕੀਤਾ ਪਰ ਸਿਦਾਰਾਮ ਸਿੰਘ ਨੇ 7 ਵਾਰੀ ਕੀਤਾ ਕਿਉਂਕਿ ਤਿੰਨ ਵਾਰ ਵਿਜੀਟਰਮ ਦੇ ਵਿੱਚ ਆਏ ਨੇ ਔਰ ਇਸ ਸੈਸ਼ਨ ਵਿੱਚ ਇਹਨਾਂ ਦਾ ਪਹਿਲਾ ਬਜਟ ਸੀਗਾ ਸਾਲਾਨਾ ਬਜਟ ਜਿਹੜਾ 2024 ਤੇ 2025 2024-25 ਦਾ ਬਜਟ ਕਿਹਾ ਗਿਆ ਸਾਲਾਨਾ ਬਜਟ ਔਰ ਇਹਦੇ ਵਿੱਚ ਕੁਝ ਚੀਜ਼ਾਂ ਤੇ ਟੈਕਸ ਵੀ ਲੱਗੇ ਆ ਕੁਝ ਚੀਜ਼ਾਂ ਟੈਕਸ ਤੋਂ ਮੁਕਤ ਵੀ ਕੀਤੀਆਂ ਇਹਨਾਂ ਨੇ ਸੋਨਾ ਥੋੜਾ ਸਸਤਾ ਕੀਤਾ ਵਾ ਔਰ ਪੈਟਰੋਲ ਖਾਸ ਤੌਰ ਤੇ ਦੂਰਪੇ ਇਹ ਸਸਤਾ ਕੀਤਾ ਡੀਜ਼ਲ ਵੀ ਸਸਤਾ ਕੀਤਾ ਔਰ ਦੇ ਨਾਲ ਬਾਕੀ ਜਿਹੜੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਉਹਨਾਂ ਤੋਂ ਵੀ ਜਿਹੜੇ ਟੈਕਸ ਮੁਕਤ ਕੀਤਾ ਵਾ ਖਾਸ ਕਰਕੇ ਬਜਟ ਜਿਹੜਾ ਹੈਗਾ ਇਹ ਸਾਰੇ ਲੋਕਾਂ ਲਈ ਬੜਾ ਸਹਾਈ ਹੈ ਔਰ ਲੋਕਾਂ ਦੇ ਲਈ ਕੁਝੀ ਦਾ ਪ੍ਰਗਟਾਵਾ ਵੀ ਹੈਗਾ ਔਰ ਉਹਨਾਂ ਨੇ ਕੋਈ ਮਿਹਨਤ ਕੀਤੀ ਹੈ ਪਰ ਪਾ ਲਾ ਕੇ ਵੀ ਵੇਖਣਾ ਪੈਂਦਾ ਕਿ ਜਿਹੜਾ ਵਿਕਾਸ ਦਰ ਉਹ ਕਿੱਥੇ ਹੈ ਵਿਕਾਸ ਦਰ ਤੇ ਹਿੰਦੁਸਤਾਨ ਦਾ 7ਵੇਂ 7% ਤੇ ਹੈਗਾ ਇਸ ਤੋਂ ਅੱਗੇ ਨਹੀਂ ਨਿਕਲਿਆ ਔਰ ਉਹਦੇ ਵਿੱਚ ਉਹ ਵੀ ਪੈਸਾ ਵੇਖਣਾ ਪੈਣਾ ਕਿ ਕਿੰਨਾ ਬਜਟ ਇਹਨਾਂ ਕੋਲ ਹੈਗਾ ਕਿੰਨਾ ਖਜ਼ਾਨਾ ਭਰਿਆ ਹੈਗਾ ਜੇ ਪੈਸਾ ਹੋਏਗਾ ਤਾਂ ਤਾਦੀ ਇਹ ਸੂਰਤਾਂ ਦੇ ਸਕਦੀ ਸਰਕਾਰ ਜੇ ਪੈਸਾ ਹੋਇਆ ਨਹੀਂ ਹੋਗਾ ਤਾਂ ਕਿੱਥੋਂ ਸਾਰਾ ਕੁਝ ਜਿਹੜਾ ਇਹ ਸਾਹਮਣਾ ਕਰਨਾ ਪੈਂਦਾ ਸਹੂਲਤਾਂ ਦਾ ਔਰ ਮੇਰਾ ਖਿਆਲ ਹੈ ਕਿ ਅਸੀਂ ਦੂਜੇ ਮਸਲੇ ਵਾਲੇ ਵਾਦੇ ਆ ਉਹ ਪਿਆਰੇ ਦਰਸ਼ਕੋ ਅਕਾਲੀ ਦਲ ਆਗੂ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਕੋਰ ਕਮੇਟੀ ਕੀਤੀ ਪੰਗ ਔਰ ਇਸ ਕਰਕੇ ਕਿ ਉਹਨਾਂ ਨੇ ਕੱਲ ਮੀਟਿੰਗ ਕੀਤੀ ਸੀ ਚੰਡੀਗੜ੍ਹ ਔਰ ਜਿਹੜੇ ਉਹਨਾਂ ਦੇ ਸਪੋਕਸਮੈਨ ਨੇ ਬਲਾਰੇ ਨੇ ਡਾਕਟਰ ਦਰਜੀਤ ਸਿੰਘ ਚੀਮਾ ਉਹਨਾਂ ਨੇ ਇਹਦੀ ਟਵੀਟ ਵੀ ਕੀਤੀ ਆ ਪੋਸਟ ਵੀ ਕੀਤੀ ਆ ਪਾਈ ਆ ਕਿ ਇਹਦੇ ਵਿੱਚ ਕੁਝ ਬਾਗੀ ਧੜਾ ਸੀਗੇ ਜਿਹਦੇ ਵਿੱਚ ਬੀਬੀ ਜਗੀਰ ਕੌਰ ਔਰ ਜਿਹਦੇ ਵਿੱਚ ਚੰਦ ਮਾਦਰਾ ਮਾਦਰਾ ਜੀ ਪ੍ਰੇਮ ਸਿੰਘ ਚੰਦ ਮਾਦਰਾ ਜੀ ਸਖਦੇਵ ਸਿੰਘ ਢੀਟ ਸਾਹਿਬ ਜੀ ਪਰਮਿੰਦਰ ਸਿੰਘ ਢੀਟ ਸਾਹਿਬ ਜੀ ਔਰ ਇਹਦੇ ਵਿੱਚ ਹੋਰ ਵੀ ਬੇਸ਼ਮਾਰ ਲੀਡਰ ਸੀਗੇ ਔਰ ਉਹਨਾਂ ਨੇ ਵੀ ਮੀਟਿੰਗ ਕੀਤੀ ਸੀ ਉਹਨਾਂ ਨੇ ਵੈਸੇ ਅ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਸਰਦਾਰ ਅਕਬੀਰ ਸਿੰਘ ਘਰਾਨੋ ਬੇਨਤੀ ਕੀਤੀ ਸੀ ਕਿ ਲਿਖਤ ਵਿੱਚ ਰਿਟਰਨ ਚ ਕਿ ਸੁਖਬੀਰ ਬਾਦਲ ਜੀ ਨੂੰ ਇੱਥੇ ਬੁਲਾਇਆ ਜਾਵੇ ਔਰ ਮਾਫੀ ਮੰਗਣ ਆ ਕੇ ਉਹਨਾਂ ਜੋ ਗਲਤੀਆਂ ਕੀਤੀਆਂ ਨੇ ਉਹ ਕੇ ਮਾਫ ਮੰਗਣ ਇੱਥੇ ਆ ਕੇ ਹਕਾਲਤਖਬ ਸਾਹਿਬ ਤੋਂ ਔਰ ਉਹਦੇ ਵਿੱਚ ਇਹਨਾਂ ਨੇ ਸੁਖਬੀਰ ਬਾਦਲ ਜੀ ਨੇ ਕਹਿਤਾ ਕਿ ਮੈਂ ਮੰਨਕਰ ਨਹੀਂ ਇਸ ਗਲਤ ਮੈਂ ਜ਼ਰੂਰ ਆਉਂਗਾ ਮੈਂ ਜਦसे ਇੱਥੇ ਕੋਈ ਗਲਤੀ ਹੋਈ ਉਹ ਮੈਂ ਉਹਦਾ ਸਾਥ ਸਾਂ ਮੈਨੂੰ ਉਹਦੇ ਬਾਰੇ ਮੈਂ ਮਾਫੀ ਮੰਗਣ ਤੋਂ ਕੋਈ ਵੀ ਚਿਜਕ ਨਹੀਂ ਕਰਾਂਗਾ ਔਰ ਉਸ ਤੋਂ ਬਾਅਦ ਇਹਨਾਂ ਕੋਰ ਕਮੇਟੀ ਇਸ ਕਰਕੇ ਭੰਗ ਕਰ ਦਿੱਤੀ ਕਿ ਇਹਨਾਂ ਇਹਦਾ ਪੁਨਰਗਠਨ ਕਰਨ ਦੀ ਯੋਜਨਾ ਬਣਾਈ ਹੈ ਕਿ ਇਹਦੇ ਵਿੱਚ ਨਵੇਂ ਆਗੂ ਨਵੇਂ ਇਹਦੇ ਵਿੱਚ ਜਿਹੜੇ ਵੀ ਨੇਤਾ ਹੋਣਗੇ ਉਹ ਲਿਆਂਦੇ ਜਾਣਗੇ ਕੁਝ ਤਾਂ ਆੜਾੜੀ ਵਿੱਚ ਹੈਗੇ ਸੀ ਕੋਈ ਗਬਾਗੀ ਵੀ ਸੀਗੇ ਪਰ ਇਹਨੂੰ ਇਹਦਾ ਪੁਨਰਗਠਨ ਰੀਆਰਗੇਨਾਈਜੇਸ਼ਨ ਕਰਨ ਲਈ ਸਖਬੀਰ ਬਾਦਲ ਜੀ ਨੇ ਮਤਾ ਠਾਇਆ ਔਰ ਇਹਦੇ ਵਿੱਚ ਕਿਸੇ ਨੇ ਵੀ ਇਹਨੂੰ ਬਹੁਤਾ ਉਦਾਰ ਨਹੀਂ ਕਿਹਾ ਕਿ ਵਾ ਉਹਦੇ ਵਿੱਚ ਚਿਚਕ ਨਹੀਂ ਕੀਤੀ ਕਿ ਇਹ ਕਮੇਟੀ ਨਹੀਂ ਬਣਨੀ ਚਾਹੀਦੀ ਔਰ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਤਾਂ ਔਰ ਮੇਰਾ ਖਿਆਲ ਹੈ ਕਿ ਇਸ ਕੋਰ ਕਮੇਟੀ ਦੀ ਪਹਿਲੀ ਮੀਟਿੰਗ ਹੋ ਰਹੀ ਸੀ ਜਿੱਤੇ ਚੀਦਾ ਜੀ ਸਨ ਔਰ ਉਹਦੇ ਵਿੱਚ ਹੋਰ ਵੀ ਆਗੂ ਸਨ ਅ ਬਰਿੰਦਰ ਸਿੰਘ ਪੁੰਦਲ ਜੀ ਸਨ ਔਰ ਸਖਦੇਵ ਸਿੰਘ ਢੀਟ ਸਾਜੀ ਵੀ ਰਹੇ ਦੇ ਔਰ ਉਹਦੇ ਵਿੱਚ ਸਕੰਦਰ ਸਿੰਘ ਮਲੂਕਾ ਜੀ ਵੀ ਰਹੇ ਆ ਔਰ ਉਹ ਪਾਲ ਆ ਕੇ ਫਿਰ ਉਹਨਾਂ ਵਿੱਚ ਜਦੋਂ ਬਾਗੀ ਵਿਗਲ ਵੱਜਿਆ ਔਰ ਉਹਦੇ ਵਿੱਚ ਥੋੜਾ ਜਿਹਾ ਆਪਸੀ ਹੋਣਾ ਦਾ ਮਨ ਮਟਾਓ ਇਹਨਾਂ ਨੇ ਕਰਵਾਇਆ ਔਰ ਇਹਨਾਂ ਨੂੰ ਬਚਾ ਲਿਖਿਆ ਕਿ ਅਕਾਲੀ ਦਾਲ ਇਸ ਤੋਂ ਬਾਅਦ ਥੋੜਾ ਜਿਹਾ ਠੈਂਦੀ ਕਲਾਵਲ ਜਾ ਸਕਦਾ ਵਾ ਸਖਬੀਰ ਬਾਦਲ ਜੀ ਦਾ ਬਿਆਨ ਸੀ ਕਿ ਆਉਣ ਵਾਲੀ ਜਿੰਮਨੀ ਚੋਣਾੰਦੀ ਫਿਰ ਅਸੀਂ ਦੁਬਾਰਾ ਜਿਹੜਾ ਮੰਥਨ ਕਰਾਂਗੇ ਦੁਬਾਰਾ ਪਰਚੋਲ ਕਰਾਂਗੇ ਔਰ ਨਾਲ ਜਿਹੜੇ ਚੋਣਾਵਾਂ ਮਨ ਵਾਲੇ ਕੈਂਡੀਡੇਟ ਵੀ ਲਵਾ ਕੇ ਜਿਹੜੇ ਕੈਂਡੀਡੇਟ ਇਹ ਬਾਗੀ ਧੜਾ ਕਹਿ ਰਹੇ ਸੀਗਾ ਹੁਣ ਬਾਦਲ ਸਾਹਿਬ ਨੇ ਛੋਟੇ ਬਾਦਲ ਸਾਹਿਬ ਨੇ ਕੋਈ ਉਹਨਾਂ ਨੂੰ ਬਾਗੀ ਧੜਾ ਨਹੀਂ ਕਿਹਾ ਉਹਨਾਂ ਨੇ ਕਿਹਾ ਵੀ ਸਾਡੇ ਬਿਲਕੁਲ ਕਮੇਟੀ ਔਰ ਸਾਡੀ ਪਾਰਟੀ ਨੂੰ ਚਲਾਉਣ ਵਾਲੇ ਮੋਰੀ ਨੇ ਆਗੂ ਨੇ ਔਰ ਜੋ ਮੈਂ ਕਹਿੰਨਾ ਉਸ ਅੱਗੇ ਇਹਨਾਂ ਦੀ ਸੋਚ ਹੈਗੀ ਆ ਔਰ ਇਹਨਾਂ ਦਾ ਨਾਲ ਮੇਰਾ ਕੋਈ ਇਸ ਤਰ੍ਹਾਂ ਦਾ ਝਗੜਾ ਨਹੀਂ ਹੈ ਔਰ ਉਹਦੇ ਵਿੱਚ ਡਾਕਟਰ ਦਲਜੀਤ ਸਿੰਘ ਜੀ ਮੈਨੇ ਕਹਿਆ ਹੈ ਕਿ ਕੋਰ ਕਮੇਟੀ ਜਿਹੜੀ ਪੁਨਰਗਠਨ ਦੀ ਜਿਹੜੀ ਸਲਾਹ ਬਣਾਈ ਆ ਉਹ ਰਾਲਮਣ ਕੀ ਹੋਈ ਆ ਉਹਦੇ ਵਿੱਚ ਸਾਰੇ ਨੇਤਾ ਫਿਰ ਦੁਬਾਰਾ ਸ਼ਾਮਲ ਹੋਣਗੇ ਔਰ ਪਾ ਲਾ ਕੇ ਜਿਹੜਾ ਹੁਣ ਇਹਨਾਂ ਨੇ ਰਿਪੋਰਟ ਚੋਲ ਕੀਤੀ ਆ ਆ ਕਾਲੀ ਦਲ ਦੀ ਆ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਾਣ ਤੋਂ ਬਾਅਦ ਉਹਨਾਂ ਦੀ ਮੌਤ ਤੋਂ ਬਾਅਦ ਇਹ ਥੋੜਾ ਜਿਹਾ ਡਾਊਨ ਚਲੇ ਗਿਆ ਥੋੜਾ ਨਹੀਂ ਖਾਸ ਤੌਰ ਤੇ ਕਿਉਂਕਿ ਦੋ ਥੜੇ ਬਣ ਗਏ ਔਰ ਇਹ ਚ ਵੀ ਬੀਬੀ ਜ਼ਗੀਰ कौर ਵੀ ਉਧਰ ਚੋਂ ਨਿਕਲ ਕੇ ਭਾਗੀ ਹੋ ਗਈ ਸੀਗੇ ਔਰ ਉਹਦੇ ਵਿੱਚੋਂ ਆ ਸੁਖਦੇਵ ਸਿੰਘ ਟਿੱਡ ਸਾਬ ਜਿਸ ਦਾ ਆਪਾਂ ਕੇ ਨਾਂ ਲਾਇਆ ਔਰ ਪੁਰਾਣੇ ਜਿਹੜੇ ਲੀਡਰ ਸੀ ਰਣਜੀਤ ਸਿੰਘ ਬ੍ਰਹਮਪੁਰਾ ਔਰ ਸਿਵਾ ਸਿੰਘ ਜਿਹੜੇ ਸੀਗੇ ਉਹ ਉਹਨਾਂ ਨਾਲ ਕਈ ਹੋਰ ਵੀ ਨੇਤਾ ਸੀਗੇ ਔਰ ਸਾਰੇ ਨੇਤਾ ਜਿਹੜੇ ਵੈਸੇ ਆਕਾਲੀ ਦਲ ਦੇ ਵਿੱਚ ਜਿੰਨੇ ਆਏ ਨੇ ਨੇਤਾ ਇਹ ਪੁਰਾਣੇ ਹੀ ਨੇਤਾ ਨੇ ਔਰ ਇਹ ਇਹਨਾਂ ਦਾ ਵੈਸੇ ਏਕਤਾ ਤਾਂ ਹੈ ਯੂਨਿਟੀ ਤਾਂ ਹੈ ਪਰ ਕਿਤੇ ਕਿਤੇ ਚਲੋ ਜਿਹੜੇ ਸਿਆਸੀ ਮਾਮਲੇ ਨਾਲ ਵਿੱਚ ਮਨਮਟਾ ਹੋ ਜਾਂਦਾ ਔਰ ਹੁਣ ਪਾਲਾ ਕਿ ਜਿੰਨਾ ਜਿੱਥੇ ਇਹਦੀ ਸਥਿਤੀ ਹੈ ਸਥਿਤੀ ਇਹਦੀ ਬਹੁਤ ਡਾਵਾ ਡੋਲ ਹੋ ਗਈ ਸੀ ਕਿ ਪਰ ਉਹਨੂੰ ਸ਼ਖਬੀਰ ਬਾਦਲ ਜੀ ਨੇ ਫਿਰ ਸੰਭਾਲ ਲਿਆ ਖਾਸ ਕਰਕੇ ਇਹਨਾਂ ਦੀ ਪ੍ਰਧਾਨਗੀ ਤੋਂ ਲੋਕ ਖਫਾ ਸਨ ਇਹਨਾਂ ਦੇ ਨੇਤਾ ਔਰ ਇਹਨਾਂ ਦੇ ਆਗੂ ਔਰ ਦੁਬਾਰਾ ਇਹਨਾਂ ਦਾ ਮਨਮੰਦਰਾਬ ਹੋ ਗਿਆ ਕਿ ਅਸੀਂ ਸਾਰੇ ਮਿਲ ਕੇ ਚੱਲਾਂਗੇ ਔਰ ਉਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਜਿਹੜੀ ਪ੍ਰਧਾਨਗੀ ਹੈ ਫਿਰ ਆਪਣੇ ਸੁਖਬੀਰ ਬਾਦਲ ਜੀ ਕਰਨਗੇ ਔਰ ਉਸੇ ਤਰ੍ਹਾਂ ਫਿਰ ਇਹਨਾਂ ਨੇ ਆਉਣ ਵਾਲੀਆਂ ਚੋਣਾਂ ਵਿੱਚ ਦੁਬਾਰਾ ਜਥੇਬੰਦੀ ਨੂੰ ਇਕੱਠਿਆਂ ਕਰ ਲਿਆ ਹੈਗਾ ਤੇ ਮੇਰਾ ਖਿਆਲ ਹੈ ਕਿ ਆਉਣ ਵਾਲੀ ਜਿਹੜੀ ਯੂਨਿਟੀ ਇਹਨਾਂ ਦੀ ਹੈਗਾ ਤੇ ਖਾਸ ਤੌਰ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਚੰਗਾ ਰਿਜ਼ਲਟ ਲਾਏਗੀ ਚੰਗੇ ਨਤੀਜੇ ਲਾਏਗੀ ਕਿਉਂਕਿ ਪੰਜਾਬ ਦੇ ਪਿੰਡਾਂ ਵਿੱਚ ਅਕਾਲੀ ਦਾ ਲਾ ਬਿਲਕੁਲ ਜੜਾ ਜੜਾ ਹੈਗਾ ਮੁਰੀ ਹੈ ਪਿੰਡਾਂ ਵਿੱਚ ਜਾ ਕੇ ਪਿੰਡਾਂ ਵਿੱਚ ਲੋਕ ਮੰਨਦੇ ਇਹਨਾਂ ਨੂੰ ਉਹਨਾਂ ਦੇ ਜਿਹੜਾ ਤਕੜੀ ਚੋਣ ਨਿਸ਼ਾਨ ਉਹ ਵੀ ਬੀਬੀਆਂ ਆਪਣੇ ਪੁਰਾਣੇ ਬਜ਼ੁਰਗ ਸਾਰੇ ਹੀ ਬਹੁਤ ਸਤਿਕਾਰ ਦਿੰਦੇ ਸੀਗੇ ਔਰ ਉਸ ਤੋਂ ਬਾਅਦ ਜਿਹੜੇ ਪਿੰਡਾਂ ਵਿੱਚ ਪੰਚਾਇਤਾਂ ਨੇ ਪਿੰਡਾਂ ਦੀਆਂ ਉਹ ਵੀ ਇਹਨਾਂ ਦੇ ਲਈ ਬਹੁਤ ਹੀ ਸਹਿਮਤੀ ਪ੍ਰਗਟਾਉਂਦੀਆਂ ਸੀਗਾ ਇਸ ਕਰਕੇ ਪਿੰਡਾਂ ਵਿੱਚ ਇਹਨਾਂ ਦਾ ਬਹੁਤ ਵੱਡਾ ਬੋਲਬਾਲਾ ਹੈਗਾ ਔਰ ਭਾਜਪਾ ਜਿਹੜੀ ਇਹ ਪਿੰਡਾਂ ਚ ਇੰਨੀ ਜ਼ਿਆਦਾ ਨਹੀਂ ਸੀ ਜਿੰਨੀ ਸ਼ਹਿਰਾਂ ਵਿੱਚ ਹੈ ਔਰ ਅਰਬਨ ਏਰੀਆ ਚ ਭਾਜਪਾ ਸੀ ਔਰ ਪਹਿਲੋਂ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਪਤਾ ਕਿ ਇਹਨਾਂ ਦਾ ਘੱਟ ਜੋੜ ਸੀ ਦੋਆਂ ਪਾਰਟੀਆਂ ਦਾ ਔਰ ਜਦੋਂ ਬਾਦਲ ਸਾਹਿਬ ਜਿੰਦੇ ਸੀਗੇ ਉਦੋਂ ਇਹਨਾਂ ਨੇ ਦੋ ਪਾਰਟੀਆਂ ਨੇ ਪੰਜਾਬ ਵਿੱਚ ਰਾਜ ਕੀਤਾ ਔਰ ਪੰਜਾਬ ਦੇ ਰਾਜ ਵਿੱਚ ਮੁੱਖ ਮੰਤਰੀ ਪੰਜਾਬ ਦੇ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਗ੍ਰਹਿ ਮੰਤਰੀ ਸ਼ਗਵੀਰ ਬਾਦਲ ਜੀ ਬਾਕੀ ਵੀ ਮੰਤਰੀ ਜਿਹੜੇ ਆ ਪਾਲਾ ਕੇ ਸਾਰੇ ਹੀ ਮੰਤਰੀ ਇਹਨਾਂ ਤੋਂ ਖੁਸ਼ ਰਹੇ ਔਰ ਇਹਨਾਂ ਨੇ ਲਗਾਤਾਰ 5 ਟਰਮ ਦੇ ਲਈ ਰਾਜ ਕੀਤਾ ਪੰਜਾਬ ਤੇ ਹੁਣ ਇਹ ਦੀ ਯੂਨਿਟੀ ਹੋਈ ਕਿ ਇਕਤਾ ਹੋਏਗੀ ਸਵੇਰਾ ਖਿਆਲ ਫਿਰ ਲੋਕ ਖੁਸ਼ ਹੋ ਜਾਣਗੇ ਲੋਕਾਂ ਦਾ ਇਹਨਾਂ ਦੇ ਲਈ ਪ੍ਰਤੀਕਿਰਿਆ ਬਹੁਤ ਅੱਛੀ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਪੰਜਾਬ ਬਚਾਓ ਯਾਤਰਾ ਕੀਤੀ ਸੀ ਕਬੀਰ ਬਾਦਲ ਜੀ ਨੇ 82 ਤੋਂ 82 ਤੋਂ ਲੈ ਕੇ ਪੂਰੇ ਪੰਜਾਬ ਵਿੱਚ ਘੁੰਮਿਆ ਲੋਕਾਂ ਨਾਲ ਮੇਲਜੋਲ ਕੀਤਾ ਔਰ ਵਿੱਚ ਜਵਾਨ ਮੁੰਡੇ ਇਹਨਾਂ ਨੂੰ ਗੱਲਬੱਗਣੀਆਂ ਪਾਉਂਦੇ ਰਹੇ ਜਦ ਵਿੱਚ ਬਜ਼ੁਰਗਾਂ ਨਾਲ ਨੂੰ ਮਿਲਦੇ ਰਹੇ ਔਰ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਂਦੇ ਰਹੇ ਔਰ ਬਹੁਤ ਵਧੀਆ ਪ੍ਰਤੀਕਿਰਿਆ ਸੀ ਬਹੁਤ ਵਧੀਆ ਰਿਸਪਾਂਸ ਮਿਲਿਆ ਸੀ ਅਕਾਲੀ ਦਲ ਨੂੰ ਔਰ ਦੂਸਰੇ ਪਾਸੇ ਇਹ ਹੈਗਾ ਅਗਲਾ ਜਿਹੜਾ ਵਿਸ਼ਾ ਸੀ ਅਗਰਕੇ ਸੁਪਰੀਮ ਕੋਰਟ ਵੱਲੋਂ ਨੀਟ ਯੂਜੀਸੀ ਪ੍ਰੀਖਿਆ ਰੱਦ ਕਰਨ ਤੋਂ ਇਨਕਾਰ ਉਹ ਕੱਲ ਉਹਨਾਂ ਦਾ ਫੈਸਲਾ ਆ ਗਿਆ ਸੁਪਰੀਮ ਕੋਰਟ ਦਾ ਕਿ ਜਿਹਦੇ ਵਿੱਚ ਡਵਾਈ ਚੰਦਰ ਚੂੜੀ ਜੀ ਚੀਫ ਜਸਟਿਸ ਜਸਟਿਸ ਜੀ ਨੇ ਸੁਪਰੀਮ ਕੋਰਟ ਦੇ ਉਹਨਾਂ ਨੇ ਕਿਹਾ ਤਾਂ ਕਿ ਜੇ ਅਸੀਂ ਇਹਨੂੰ ਰੱਦ ਕਰਾਂਗੇ ਇਹਦੇ ਵਿੱਚ ਇੱਕ ਤਾਂ ਖਰਚਾ ਬਹੁਤ ਹੋਊਗਾ ਬਾਕੀ 24000 ਬੱਚਿਆਂ ਦਾ ਫਿਊਚਰ ਜਿਹੜਾ ਤਬਾਹ ਹੋਏਗਾ ਔਰ ਇਹਦੇ ਵਿੱਚ ਜੋ ਉਹਨਾਂ ਨੇ ਪਾਰ ਆ ਕੇ ਦੇਖਿਆ ਕਿ ਉਹਨੇ ਕਿਹਾ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਉਹ ਗਲਤੀਆਂ ਨਹੀਂ ਪਾਈਆਂ ਗਈਆਂ ਹੈ ਤਾਂ ਹੈ ਜ਼ਰੂਰੀ ਪਰ ਇਹਦੇ ਵਿੱਚ ਕੁਝ ਚੀਜ਼ਾਂ ਜੜੀਆਂ ਹੈਗੀਆਂ ਬਖਸ਼ਣਯੋਗ ਵੀ ਹੈਗੀਆਂ ਕਿਉਂਕਿ ਜਿਹੜੇ ਬੱਚੇ ਨੇ ਆਏ ਨੇ ਉਹ ਫਿਰ ਵੀ ਸਾਡੇ ਦੇਸ਼ ਦੇ ਆਫੀਸਰ ਬਣਨੇ ਨੇ ਪੜੇ ਲਿਖੇ ਨੇ ਕਿਤਨੇ ਕਿਤੇ ਜੇ ਕੁਝ ਕੋਈ ਉਨਤਾਈ ਜਾਂ ਗਲਤੀ ਹੋ ਗਈ ਆ ਜੇ ਅਸੀਂ ਦੁਬਾਰਾ ਦੀ ਪ੍ਰੀਖਿਆ ਲਾਵਾਂਗੇ ਤੇ ਪ੍ਰੀਖਿਆ ਦੇ ਵਿੱਚ ਫਿਰ ਦੁਬਾਰਾ ਬੱਚੇ ਤਿਆਰੀ ਕਰਨਗੇ ਔਰ ਉਹ ਇੱਕ ਵਿਰੋਨਾ ਦਾ ਡਾਰਕ ਹੋ ਜਾਏਗਾ ਔਰ ਡਾਰਕਨੈਸ ਵਾਲੇ ਪਾਸੇ ਨੂੰ ਅਸੀਂ ਹਨੇਰੇ ਵਾਲੇ ਪਾਸੇ ਨੂੰ ਬੱਚਿਆਂ ਨੂੰ ਨਹੀਂ ਲੈ ਕੇ ਜਾਵਾਂਗੇ ਔਰ ਬੱਚਿਆਂ ਦਾ ਫਿਊਚਰ ਹੈ ਫਿਊਚਰ ਨੂੰ ਅਸੀਂ ਖਾਸ ਤੌਰ ਤੇ ਵੇਖਣਾ ਹੈ ਔਰ ਜਿਹੜੀ ਜਿਊਰੀ ਬਣੀ ਸੀ ਉਹਨਾਂ ਨੇ ਇਹੀ ਐਲਾਨ ਕੀਤਾ ਇਹੀ ਆ ਫੈਸਲਾ ਕੀਤਾ ਕਿ ਆਉਣ ਵਾਲਾ ਸਮਾਂ ਜਿਹੜਾ ਬੱਚਿਆਂ ਲਈ ਹੈ ਜਿਹੜੇ ਅਗਲੇ ਸਮੇਂ ਦੇ ਵਿੱਚ NEET ਦੀ ਪ੍ਰੀਖਿਆ ਹੋਇਆ ਕਰੇਗੀ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਉਨਤਾਈ ਗਲਤੀ ਨਹੀਂ ਹੋਣ ਦੇਊਗੀ ਕਿਉਂਕਿ ਇਹਦੇ ਜਿਹੜੇ ਡਾਕਟਰ ਜਨਰਲ ਸੀ ਉਹਨਾਂ ਨੇ ਪਹਿਲਾਂ ਆ ਕੇ ਅਸਤੀਫਾ ਦੇ ਦਿੱਤਾ ਸੀਗਾ ਔਰ ਇਸੇ ਜਿਦੋਂ ਹੀ ਔਰ ਜੇ ਇਹਦੀ ਪਰਚੋਲ ਚੱਲਦੀ ਰਹੀ ਔਰ ਇਹਦੇ ਵਿੱਚ ਸਾਰਾ ਕੁਝ ਉਹਨਾਂ ਨੇ ਵੇਖਿਆ ਵੀਡੀਓ ਵੀ ਮਿਲੀ ਆ ਪਰ ਪਾਲਾ ਕਿ ਉਹਨਾਂ ਨੇ ਕਹਤਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੱਚਿਆਂ ਦਾ ਦੇਖਦਾ ਇਹਨੂੰ ਫੇਰ ਵੀ ਕੂ ਵਿੱਚ ਨਹੀਂ ਸੁੱਟਾਂਗੇ ਔਰ ਇਹਦੇ ਵਿੱਚ ਬੱਚਿਆਂ ਨੂੰ ਉਸੇ ਤਰ੍ਹਾਂ ਹੀ ਰਹਿਣ ਦਵਾਵਾਂਗੇ ਕਿ ਬੱਚੇ ਫਿਰ ਅਫਸਰ ਬਣਨੇ ਨੇ ਪੜ੍ਹੇ ਲਿਖੇ ਨੇ ਉਹਨਾਂ ਦੇ ਮਾਂ ਪਿਓ ਵੀ ਚਿੰਤਾਵਲ ਆ ਰਹੇ ਨੇ ਉਹ ਚਿੰਤਾ ਉਹਨਾਂ ਨੂੰ ਹੋ ਰਹੀ ਸੀਗੀ ਬੱਚਾ ਦਾ ਆ ਭਵਿਖਾ ਬਿਲਕੁਲ ਇਹ ਉਜਲ ਰਹੇਗਾ ਔਰ ਪੱਖਾਂ ਬੱਚਾ ਦੇ ਲਈ ਇਹਨਾਂ ਦਾ ਜੀਵਨ ਜਿਹੜਾ ਬਿਲਕੁਲ ਇਸੇ ਤਰ੍ਹਾਂ ਦਾ ਖੁਸ਼ਹਾਲ ਰਹੇਗਾ ਔਰ ਇਸ ਕਰਕੇ ਇਸ ਜੂਰੀ ਨੇ ਇਸ ਫੈਸਲੇ ਨੂੰ ਲੋਕਾਂ ਤੱਕ ਪਹੁੰਚਾਇਆ ਹੈਗਾ ਔਰ ਮੇਰਾ ਖਿਆਲ ਇਹਦੇ ਵਿੱਚ ਸਾਰੇ ਲੋਕ ਹੋਸ਼ ਵੀ ਰਹਿਣਗੇ ਔਰ ਕੁਝ ਸੈਨਾ ਵੀ ਚਾਹੀਦਾ ਤਾਂ ਕਿ ਬੱਚਿਆਂ ਨੂੰ ਇਹ ਪ੍ਰੋਬਲਮ ਨਾ ਆਵੇ ਬੱਚਿਆਂ ਦਾ ਭਵਿੱਖ ਜਿਹੜਾ ਹੈਗਾ ਉਹ ਉਸੇ ਤਰ੍ਹਾਂ ਹੀ ਰਹੇ ਤਾਂ ਕਿ ਬੱਚੇ ਜਿਹੜੇ ਹੈਗੇ ਆਪਣੇ ਜੀਵਨ ਨੂੰ ਖੁਸ਼ਹਾਰ ਬਣਾ ਸਕਣ ਆਪਣੇ ਮਾਪਿਆਂ ਨੂੰ ਖੁਸ਼ ਰੱਖਣ ਔਰ ਇਹ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਜਿਹੜੀ ਹੈਗੀ ਹੈ ਮਾਪਿਆਂ ਦੇ ਨਾਲ ਜੁੜਦੀ ਜ਼ਿੰਦਗੀ ਹੁੰਦੀ ਹੈ ਔਰ ਵਾਹ ਪੇ ਖੁਸ਼ ਹੈ ਤੇ ਬੱਚੇ ਖੁਸ਼ ਹੈ ਔਰ ਸਾਰਾ ਪਰਿਵਾਰ ਖੁਸ਼ ਹੈ ਇਹ ਗੱਲ ਇਹਨਾਂ ਸੁਪਰੀਮ ਕੋਰਟ ਵੱਲੋਂ ਆਈ ਹੈ ਔਰ ਦੂਸਰਾ ਸੀ ਅਮਰੀਕਾ ਦੇ ਇੱਕ ਹੈਗਾ ਕਿ ਜਿਹੜੀ ਕਮਲਾ ਹੇਰਸ ਜੀ ਨੇ ਉਹ ਹੁਣ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਆਗੇ ਨੇ ਔਰ ਉਸ ਚੋਣ ਮદાન ਵਿੱਚ ਨਿਤਰੇ ਨੇ ਔਰ ਉਹਦੇ ਵਿੱਚ ਜੋਏ ਬਾਇਡਨ ਜੀ ਨੇ ਤੇ ਉਹਨੂੰ ਆਪਣਾ ਕਹਨੀ ਆਪਣਾ ਜਵਾਬ ਦੇ ਦਿੱਤਾ ਕਿ ਮੈਂ ਹੁਣ ਇਲੈਕਸ਼ਨ ਨਹੀਂ ਲੜੂੰਗਾ ਕਿਉਂਕਿ ਉਮਰ ਜ਼ਿਆਦਾ ਸੀਗੀ ਕੁਝ ਮੈਮਰੀ ਵੀਕ ਹੋ ਰਹੀ ਸੀ ਕੁਝ ਚੀਜ਼ਾਂ ਜਿਹੜੀ ਵੀ ਹੈਗੀਆਂ ਪਰ ਉਹਦੇ باوجود ਵੀ ਕੁਰਸੀ ਨੂੰ ਛੱਡਣਾ ਬਹੁਤ ਔਖਾ ਹੁੰਦਾ ਪਰ ਇਹਦੇ ਵਿੱਚ ਜਿਹੜੇ ਬਾਇਡਨ ਜੀ ਨੇ ਉਹਨਾਂ ਨੇ ਕਹਿਤਾ ਸੀਗੇ ਕਿ ਕਮਲਾ ਹੇਰਸ ਜੀ ਜੋ ਲੜਨਗੇ ਔਰ ਕਮਲਾ ਹਰਜ਼ ਜੀ ਨੇ ਕਿਹਾ ਕਿ 트럼ਪ ਅਮਰੀਕੀ ਸੰਵਿਧਾਨ ਨੂੰ ਖਤਮ ਕਰ ਦੇਣਗੇ ਜੇਕਰ ਸਤਾ ਵਿੱਚ ਆਏ ਉਹਨਾਂ ਨੇ ਕਿਹਾ ਤਾਂ ਕਿ ਇਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਡੈਮੋਕ੍ਰੇਸੀ ਜਿਹੜੀ ਲੋਕ ਪ੍ਰਿਆ ਹੈ ਲੋਕ ਉਥੋਂ ਦੇ ਜਮਹੂਰੀਅਤ ਨਾਲ ਹੀ ਨੇ ਔਰ ਜਿਹਦੇ ਵਿੱਚ ਸੰਵਿਧਾਨ ਸਾਰਾ ਕੁਝ ਦੇ ਸੰਵਿਧਾਨ ਦੇ ਅਕੋਰਡਿੰਗ ਚੱਲਦਾ ਪਰ ਉਹਨਾਂ ਨੇ ਕਿਹਾ ਜੇ 트럼ਪ ਜੀ ਆ ਗਏ ਤੇ ਨਿਰਕੁੰਚ ਜਾਂ ਇਹਨੂੰ ਤਾਨਾਸ਼ਾਹ ਜਾਂ ਉਹਦੇ ਵਿੱਚ ਡਿਕਟੇਟਰ ਬਣ ਜਾਣਗੇ ਔਰ ਜੇਕਰ ਸਾਰੀਆਂ ਪਾਰਟੀਆਂ ਇਸ ਗੱਲ ਨੂੰ ਸੁਣਦੀਆਂ ਰਹਿਣਗੀਆਂ ਦੇ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਬਣ ਤੋਂ ਪਹਿਲਾਂ ਕਮਲਾ ਹੈਰਿਸ ਜੀ ਨੇ ਕਹਿਤਾ ਕਿ ਇਹ ਲੋਕਾਂ ਲਈ ਬਹੁਤ ਨੁਕਸਾਨਦੇ ਹੋਏਗੀ ਔਰ ਜੇ ਆਗੇ ਤਾਂ ਫਿਰ ਮੇਰਾ ਖਿਆਲ ਲਗਾਂਦੀ ਕਿ ਸਬਦਾਨ ਬਿਲਕੁਲ ਖਤਮ ਕਰ ਦੇਣਗੇ ਇਹੀ ਗੱਲ ਇੰਡੀਆ ਵਿੱਚ ਆਈ ਸੀ ਕਿ ਦੇ ਵਿਰੋਧੀ 당 ਨੇ ਕਿਹਾ ਸੀਗਾ ਕਿ ਜੇ ਪਾਰਟੀ ਆ ਗਈ ਐਨਡੀਏ ਜਾਂ ਭਾਜਪਾ ਪਾਰਟੀ ਆ ਗਈ ਤੇ ਸਬਦਾਨ ਨੂੰ ਖਤਰਾ ਹੈਗਾ ਔਰ ਉਹਦੇ ਵਿੱਚ ਦੇਖੋ ਹੁਣ ਉਹ ਫਿਰ ਦੁਬਾਰਾ ਤੀਜੀ ਉਹ ਨਹੀਂ ਪਾਰਟੀ ਆਈ ਹੈ ਸਵਿਧਾਨ ਉਸੇ ਤਰ੍ਹਾਂ ਹੀ ਹੈ ਸਵਿਧਾਨ ਅਕੋਰਡਿੰਗ ਚੱਲ ਰਿਹਾ ਸਾਰਾ ਕੁਝ ਕਈ ਵਾਰ ਵਿਰੋਧੀ ਧਰਮ ਵੀ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਇੱਕ ਦੂਜੇ ਦੇ ਉੱਤੇ ਦੋਸ਼ ਮਾਰ ਦਿੰਦੇ ਆ ਹੁਣ ਅੱਗੇ ਤਾਂ ਸਵਿਧਾਨ ਚੱਲਦਾ ਰਿਹਾ ਪਰ ਉਹਦੇ باوجود ਵੀ ਟਰੰਪ ਨੇ ਕਿਹਾ ਸੀਗਾ ਕਿ ਜਿੱਥੇ ਵਾਈਡਨ ਜੀ ਨੇ ਗਨ ਕਲਚਰ ਤੇ ਬੈਨ ਕੀਤਾ ਸੀਗਾ ਮੈਂ ਉਹ ਖੋਲਾ ਕਰ ਦੂੰਗਾ ਮੈਨੂੰ ਪਤਾ ਹੈਗਾ ਕਿ ਜੇਕਰ ਬੱਚਿਆਂ ਨੂੰ ਸੁਧਾਰਿਆ ਜਾਵੇ ਜਾਂ ਨਾਲ ਨੂੰ ਦੱਸਿਆ ਜਾਵੇ ਜਾਂ ਸ਼ਾਂਤੀ ਦੀਆਂ ਗੱਲਾਂ ਦੱਸਿਆਂ ਜਾਣ ਤਾਂ ਬਹੁਤ ਹੀ ਫਾਇਦੇਮੰਦ ਹੁੰਦਾ ਕੋਈ ਇਸ ਤਰ੍ਹਾਂ ਦਾ ਨਹੀਂ ਆਪਣੀ ਪ੍ਰੋਟੈਕਸ਼ਨ ਹੀ ਕੰਮ ਕਰਦੇ ਆ ਲੁੱਟਾਂ ਖੁਆ ਜਿਹੜੀਆਂ ਹੋ ਜਾਂਦੇ ਉਹ ਤੋਂ ਬਚਣ ਲਈ ਕੰਮ ਕਰਦੇ ਆ ਉਹ ਕਹਿੰਦੇ ਮੈਂ ਵੀ ਤਾਂ ਆਪਣੇ ਸਰਵਧਾਨ ਲਈ ਆਪਣੇ ਦੇਸ਼ ਲਈ ਜਾਂ ਆਪਣੇ ਦੇਸ਼ ਨੂੰ ਸੁਰੱਖਿਆ ਤੇ ਲਿਆਉਣ ਲਈ ਗੋਲੀ ਖਾ ਲੈਣ ਲੱਗਾ ਸੀਗਾ ਤਾਂ ਮੈਂ ਕਿਸ ਚੀਜ਼ ਤੋਂ ਇਸ ਚੀਜ਼ ਤੋਂ ਡਰਦਾ ਨਹੀਂਗਾ ਔਰ ਉਹ ਨਾ ਨੇ ਕਿਆ ਟਰੰਪ ਸਾਹਮਣੇ ਕਿ ਜੇ ਇਹ ਗੱਲ ਕਰਨੀ ਹੁੰਦੀ ਜਾਂ ਇਸ ਬਾਰੇ ਜਾਂ ਮੇਰੇ ਤੇ ਇਹਨੇ ਦੋਸ਼ ਮੜੇ ਗਿਆ ਮੈਂ ਉਹਨਾਂ ਸਾਰਿਆਂ ਤੋਂ ਮੁਕਤ ਹੋ ਰਿਹਾ ਔਰ ਜਿੰਨੇ ਹੁਣ ਪਿੱਛੇ ਜੇ ਕੋਹਾਂ ਤੇ ਸੀਗਾ ਆ ਤਾਰਾ ਲੱਗੀ ਉਹਦੇ ਵਿੱਚ ਉਹਨਾਂ ਨੇ ਕਹਿ ਸਕਿਆ ਇਹਦੇ ਤੇ ਇਹਨਾਂ ਨੂੰ ਗ੍ਰਿਫਤਾਰੀ ਹੋ ਸਕਦੀ ਹੈ ਪਰ ਬਿਲਕੁਲ ਉਸੇ ਤਰ੍ਹਾਂ ਹੀ ਉਹ ਨਿਕਲ ਗਏ ਚੋਂ ਗ੍ਰਿਫਤਾਰੀ ਤੋਂ ਔਰ ਉਹਦੇ ਵਿੱਚ ਉਹਨਾਂ ਦੇ ਅਗੇਂਸਟ ਕੋਈ ਵੀ ਇਸ ਤਰ੍ਹਾਂ ਦਾ ਦੋਸ਼ ਨਾ ਤਾਰਾ ਨਹੀਂ ਆਈ ਹਰਾ ਉਸ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਹਾਂ ਕਿ ਨਵੰਬਰ ਦੇ ਵਿੱਚ ਇਲੈਕਸ਼ਨ ਆ ਰਹੀਆਂ ਔਰ 5 ਨਵੰਬਰ ਨੂੰ ਇਲੈਕਸ਼ਨ ਹੋ ਰਹੀਆਂ ਉਹ ਤੋਂ ਪਹਿਲਾਂ ਸਾਰੇ ਪਾਸੇ ਜਿਹੜੀ ਹੈਗੀ ਹੁਣ ਆ ਪ੍ਰਦਰਸ਼ਨੀਆਂ ਰੈਲੀਆਂ ਔਰ ਉਹਦੇ ਚ ਲੋਕਾਂ ਵੱਲੋਂ ਪ੍ਰਚਾਰ ਹੋ ਰਿਹਾ ਪਾਰਟੀਆਂ ਵੱਲੋਂ ਰਿਪਬਲਿਕਨ ਪਾਰਟੀ ਟ੍ਰੰਪ ਜੀ ਦੀ ਔਰ ਉਹਦੇ ਵਿੱਚੋਂ ਡੈਮੋਕ੍ਰੈਟਿਕ ਪਾਰਟੀ ਕਮਲਾ ਹੇਰਸ ਜੀ ਉਹਦੇ ਵਿੱਚ ਮੁੱਖ ਨੇਤਾ ਹੋਣਗੇ ਔਰ ਰਾਸ਼ਟਰਪਤੀ ਦੀ ਚੋਣ ਲਈ ਅੱਗੇ ਆਉਣਗੇ ਔਰ ਸਾਰੇ ਦਰਸ਼ਕਾਂ ਨੂੰ ਪਤਾ ਹੈ ਕਿ ਕਮਲਾ ਹੇਰਸ ਜੀ ਮੂਲ ਨਿਵਾਸੀ ਨੇ ਭਾਰਤ ਦੇ ਔਰ ਇੰਡੀਆ ਦੇ ਹੀ ਜਨਮ ਵਾਲੇ ਰਹੇ ਉਹਨਾਂ ਦੇ ਪੇਰੈਂਟਸ ਇੱਥੇ ਔਰ ਉਸ ਤੋਂ ਬਾਅਦ ਬੜੀ ਵੱਡੀ ਮਾਣ ਵਾਲੀ ਗੱਲ ਹੈ ਸਾਰੇ ਪਬਲਿਕਲੀ ਹਿੰਦੁਸਤਾਨ ਵਾਸੀਆਂ ਲਈ ਕਿ ਇੱਥੋਂ ਦੀ ਇੱਕ ਲੇਡੀ ਜਿਹੜੀ ਇੱਥੋਂ ਦੇ ਜੰਮਪੜ ਸੀਗੀ ਉੱਥੇ ਜਾ ਕੇ ਉਹਨੇ ਰਾਸ਼ਟਰਪਤੀ ਦੀ ਚੋਣ ਲਈ ਆਪਣੇ ਆਪ ਨੂੰ ਕਾਬਿਲ ਸਮਝਿਆ ਯੋਗਤਾ ਉਹਦੀ ਨੂੰ ਉਹਨਾਂ ਨੇ ਕਿਹਾ ਕਿ ਯੋਗ ਹੈਗਾ ਲੀਡਰ ਔਰ ਉਦੋਂ ਬਾਅਦ ਬਾਈਡਨ ਜੀ ਨੇ ਉਹਨਾਂ ਨੂੰ ਦੇ ਕੇ ਸਥਾਪਿਤ ਕੀਤਾ ਕਿ ਕਰ ਲੈ ਕੇ ਇਹ ਹੀ ਕੁੜੀ ਇਸ ਪਾਰਟੀ ਨੂੰ ਇਲੈਕਸ਼ਨ ਲੜੂਗੀ ਅਜੇ ਉਹਨਾਂ ਦੇ ਆਉਣ ਦੇ ਵਿੱਚ ਵੀ ਬੜੀ ਕਮੇਟੀ ਜਿਹੜੀ ਹੈਗੀ ਕੰਪਨੀਆ ਔਰ ਲੋਕਾਂ ਵੱਲੋਂ ਫੰਡਿੰਗ ਹੋਈ ਹੈ ਬਹੁਤ ਪੈਸਾ ਆਇਆ ਔਰ ਉਸ ਪਾਰਟੀ ਨੂੰ ਮਜ਼ਬੂਤ ਕਰ ਲਈ ਬਹੁਤ ਪੈਸਾ ਆ ਰਿਹਾ ਔਰ ਇਹਦੇ ਵਿੱਚ ਜਿਹੜੀ ਬਹਿਸ ਬਹਿਸ ਹੋਈ ਸੀ ਇਹਨਾਂ ਦੀ ਆਪਣੇ ਟਰੰਪ ਜੀ ਦੀ ਔਰ ਬਾਈਡਨ ਜੀ ਦੀ ਉਦੇ ਵਿੱਚ ਵੀ ਥੋੜਾ ਜਿਹਾ ਜਿਹੜੇ ਥੜਕੇ ਆ ਬਾਈਡਨ ਜੀ ਔਰ ਇਹ ਬੋਲਣ ਲਈ ਬਹੁਤ ਅੱਛੇ ਆ ਬੋਲ ਵੀ ਵਧੀਆ ਗਿਆ ਔਰ ਉਹਦੇ ਵਿੱਚ ਇਹਨਾਂ ਨੇ ਅੱਛੇ ਆਪਣਾ ਕਾਰਜ ਜਾਰੀ ਕੀਤੀ ਨੰਬਰ ਜ ਅੱਛੇ ਲੈ ਲੇ ਉਹਦੇ ਵਿੱਚ ਵੀ ਜਿਹੜੀ ਇਹਨਾਂ ਦੀ ਪਬਲਿਕਨ ਪਾਰਟੀ ਆ ਉਹ ਵੀ ਅੱਗੇ ਚੱਲੇਗੀ ਉਹਦੇ ਵਿੱਚ ਫਿਰ ਇਹਨਾਂ ਨੇ ਵੇਖਿਆ ਬਾਈਡਨ ਜੀ ਨੇ ਵੀ ਕੰਮ ਥੋੜਾ ਜਿਹਾ ਥੜਕਰਿਆ ਕੰਮ ਹਿਲ ਰਿਹਾ ਉਹਨਾਂ ਨੇ ਇਸੇ ਕਰਕੇ ਇੱਕਦਮ ਡਿਸੀਜਨ ਲਿਆ ਕਮਲਾ ਹੇਰ ਜਿੰਨ ਕਹਤਾ ਕਿ ਉਹ ਹੀ ਇਲੈਕਸ਼ਨ ਲੜਨਗੇ ਉਸ ਤੋਂ ਬਾਅਦ ਨਿੱਕੀ ਹੈਲੀ ਉਹ ਵੀ ਪੰਜਾਬ ਦੀ ਰਹਿਣ ਵਾਲੀ ਤਰਨਤਾਰਨੇ ਦੇ ਜਿਹੜਾ ਦਾਵਾ ਫੈਮਿਲੀ ਨੂੰ ਬਿਲੋਂਗ ਕਰਦੇ ਆ ਉਹਨਾਂ ਉਹ ਇਸ ਗੱਲ ਤੋਂ ਹਟ ਗਏ ਸੀਗੇ ਉਹਨਾਂ ਨੇ ਕਿ ਆ ਵੀ ਇੱਕ ਦੇ ਲੇਡੀ ਇਲੈਕਸ਼ਨ ਲੜ ਰਹੀ ਹੈ ਤਾਂ ਮੈਂ ਇਸ ਵਿੱਚ ਪਾਸੇ ਨਹੀਂ ਆਉਂਗੀ ਔਰ ਇਸ ਡੈਮੋਕ੍ਰੈਟਿਕ ਪਾਰਟੀ ਲਈ ਬਿਲ ਕਲਿੰਟਨ ਤੋਂ ਉਹਨਾਂ ਦੀ ਲੇਡੀ ਕਲਿੰਟਨ ਨੇ ਹਮਾਇਤ ਕੀਤੀ ਆ ਕਿ ਅਸੀਂ ਇਸ ਪਾਰਟੀ ਨੂੰ ਸਿਖਰਾਂ ਤੇ ਲੈ ਕੇ ਜਾਵਾਂਗੇ ਇਸ ਪਾਰਟੀ ਦੀ ਹਮਾਇਤ ਕਰਾਂਗੇ ਜਿੱਥੇ-ਜਿੱਥੇ ਵੀ ਇਹਨਾਂ ਨੂੰ ਕੋਈ ਲੱਗਦੀ ਹੁਨਤਾਈ ਜਾਂ ਕਿ ਜਿੱਥੇ-ਜਿੱਥੇ ਇਹਨਾਂ ਦੇ ਲਈ ਲੋਕ ਇਹਨਾਂ ਨੂੰ ਚੰਗੀ ਪ੍ਰਤੀਕਿਰਿਆ ਨਹੀਂ ਦਿੰਦੇ ਅਸੀਂ ਉੱਥੇ ਜਾਵਾਂਗੇ ਔਰ ਇਹਨਾਂ ਦੀ ਐਕਚੁਅਲੀ ਜਿਹੜੀ ਪਾਰਟੀ ਹੈ ਬੜੀ ਅੱਛੀ ਬਣ ਰਹੀ ਹੈ ਇਸ ਪਾਰਟੀ ਨੂੰ ਅਗਾਂਹ ਦੇ ਲਈ ਬਿਲ ਕਲਿੰਟਨ ਨੇ ਬਹੁਤ ਜ਼ੋਰ ਲਾਇਆ ਹੈਗਾ ਔਰ ਬਰਾਕ Obama ਜੀ ਥੋੜਾ ਜਨਾ ਦੇ ਉਲਟ ਚੱਲੇ ਸੀਗੇ ਉਹ ਕਿਉਂਕਿ ਬਰਾਕ Obama ਵੀ ਦੋ ਵਰੀ ਜਿਹੜੇ ਉਥੋਂ ਦੇ ਯੂਐਸਏ ਦੇ ਪ੍ਰੈਜ਼ੀਡੈਂਟ ਬਣਨੇ ਰਹੇ ਆ ਔਰ ਉਥੋਂ ਦੇ ਹੀ ਸਾਰਾ ਕੁਝ ਉਹਨੇ ਕੀਤਾ ਔਰ ਸਾਡੇ ਬਹੁਤ ਹੀ ਆਲੋਚਕ ਹੈਗਾ ਇਹ ਵੀ ਗੱਲ ਕਰ ਰਿਹਾ ਕਿ ਬਰਾਕ Obama ਜੀ ਜਦੋਂ ਤੱਕ ਉਥੋਂ ਦੇ ਰਾਸ਼ਟਰਪਤੀ ਰਹੇ ਆ ਉਦੋਂ ਤੱਕ ਬੜਾ ਸਮੂਤ ਯੂ ਐਸ ਏ ਅਮਰੀਕਾ ਚੱਲਦਾ ਰਿਹਾ ਉਹਨਾਂ ਨੇ ਕਿਸੇ ਵੀ ਪਾਸੇ ਧੋਖਾ ਤੜੀ ਨਹੀਂ ਹੋਈ ਕਿਸੇ ਪਾਸੇ ਕੁਝ ਨਹੀਂ ਹੋਇਆ ਜੇ ਵੀ ਉਹਨਾਂ ਦੇ ਪਰਿਵਾਰ ਲਈ ਕੋਈ ਵਧੀਆ ਛਾਈ ਠਾੜ ਦਾ ਘਰ ਨਹੀਂ ਬਣਾ ਸਕੇ ਦੋ ਟਰਮਸ ਦੇ ਲਈ ਰਹੇ ਕਿੰਨੀ ਇਮਾਨਦਾਰੀ ਹੈ ਕਿੰਨਾ ਜੀ ਸੈਂਸੇਰਿਟੀ ਹੈ ਔਰ ਉਹ ਵੀ ਲੋਕ ਕਹਿੰਦੇ ਨੇ ਕਿ ਜੇ ਕਿਤੇ ਪੰਜਾਬ ਦਾ ਜਾਂ ਇੰਡੀਆ ਦਾ ਕੋਈ ਸਰਪੰਚ ਹੋਵੇ ਜੇ ਉਹ ਕਿਤੇ ਸਰਪੰਚ ਦੋ ਵਾਰੀ ਬਣ ਗਿਆ ਹੋਵੇ ਤਾਂ ਉਹਦੇ ਮਹਿਲਾਂ ਦਾ ਤੇ ਚਵਾਰਿਆਂ ਦਾ ਪਤਾ ਨਹੀਂ ਲੱਗਦਾ ਕਿੰਨੇ ਬਾਰੇ ਆ ਤੇ ਕਿੰਨੀਆਂ ਗੱਡੀਆਂ ਤੇ ਕਿੰਨੇ ਟਰੈਕਟਰ ਆ ਤੇ ਕਿੰਨੀ ਜ਼ਮੀਨ ਇਹਨਾਂ ਕੁਝ ਬਣਾ ਜਾਂਦੇ ਨੇ ਲੋਕ ਸਰਪੰਚੀ ਤੋਂ ਇਹਨਾਂ ਵਰਦਾਰੀ ਤੋਂ ਹੀ ਔਰ ਦੇਖੋ ਉਹ ਲੋਕ ਅਮਾਨਦਰ ਨੇ ਪੈਸਾ ਲੋਕਾਂ ਦਾ ਹੈ ਲੋਕਾਂ ਦੇ ਲਈ ਵਰਤਦੇ ਆ ਕੰਪਨੀਆਂ ਨੂੰ ਅੱਗੇ ਵਧਾਵਾ ਦਿੰਦੇ ਆ ਡਿਫੈਂਸ ਲਈ ਪੈਸਾ ਲਾਉਂਦੇ ਆ ਔਰ ਉਹਦੇ ਵਿੱਚ ਕੋਈ ਖਾਸ ਤੌਰ ਤੇ ਕੋਈ ਇਦਾਂ ਦੀ ਉਣਤਾਈ ਨਹੀਂ ਸਾਹਮਣੇ ਨਜ਼ਰ ਆਉਂਦੀ ਇਹ ਬੜੀ ਵੱਡੀ ਗੱਲ ਹੈ ਇਹਨਾਂ ਸਾਰੇ ਲੋਕਾਂ ਦੇ ਲਈ ਔਰ ਉੱਥੋਂ ਦੀ ਜਿਹੜੀ ਸਿਆਸਤ ਹੈ ਬੜੀ ਵਧੀਆ ਸਿਆਸਤ ਹੈਗੀ ਆ ਔਰ ਖਾਸ ਤੌਰ ਤੇ ਛੋਟੀ ਮੁੱਟੀ ਹੁਣ ਤਾਂ ਇਹ ਹੁੰਦੀਆਂ ਆ ਕਿਉਂਕਿ ਪਾਰਟੀਆਂ ਦੋ ਨੇ ਦੋ ਪਾਰਟੀਆਂ ਦਾ ਆਪਸੀ ਟੱਕਰ ਹੁੰਦੀ ਆ ਤਾਂ ਇੱਕ ਕਦੇ ਉਹ ਆ ਗਈ ਕਦੇ ਉਹ ਆ ਗਈ ਉਹ ਗੱਡਾ ਗਡੋਰੀਆ ਕਿੰਨਾ ਕੁ ਪਾਰ ਇੱਕ ਮੁੱਕੀ ਚੁੱਕ ਲਾ ਤੇ ਦੂਜੀ ਨੂੰ ਤਿਆਰ ਉਹ ਹੁੰਦੀ ਹੈ ਉਹ ਸਾਰੀ ਸਿਆਸਤ ਉੱਥੇ ਹੈ ਔਰ ਅਸੀਂ ਦੂਸਰੇ ਵਿਸ਼ਵਲ ਵਾਧੇ ਆ ਕਿਸਾਨ ਅੰਦੋਲਨ ਫਿਰ ਤੋਂ ਮਗਿਆ ਜਥੇਬੰਦੀਆਂ ਨੇ ਦਿੱਲੀ ਵੱਲ ਕੀਤਾ ਕੁਝ ਆਹਰੋ ਇਹ ਇਸ ਤਰ੍ਹਾਂ ਦਾ ਹੈਗਾ ਕਿ ਤੋਂ ਪਹਿਲਾਂ ਹਾਈ ਕੋਰਟ ਨੇ ਕਹਿਤਾ ਸੀਗਾ ਕਿ ਜਿੱਥੇ ਜਿੱਥੇ ਬੈਰੀਕੇਡ ਲਾਇਆ ਹਰਿਆਣਾ ਗਵਰਨਮੈਂਟ ਨੂੰ ਕਿ ਤੁਸੀਂ ਉਹਨਾਂ ਤੇ ਰੋਕ ਨਹੀਂ ਲਾ ਸਕਦੇ ਕਿਸਾਨਾਂ ਤੇ ਤੁਹਾਡਾ ਕੰਮ ਸਿਰਫ ਹੈਗਾ ਆਪਣੇ ਜਿਹੜੇ ਟ੍ਰੈਫਿਕ ਨੂੰ ਕੰਟਰੋਲ ਕਰਨਾ ਆਵਾਜਾਈ ਨੂੰ ਸੁਰੱਖਿਅਤ ਰੱਖਣਾ ਔਰ ਇਹਦੇ ਵਿੱਚ ਤੁਹਾਡੀ ਪੁਲਿਸ ਜਿਹੜੀ ਹੈਗੀ ਉਸ Pase ਵਰਤੋ ਉਹਨਾਂ ਨੂੰ ਤਾਂ ਕਿ ਕਿਸਾਨਾਂ ਨੂੰ ਤੰਗ ਕਰੋ ਬੈਰੀਕੇਡ ਲਾ ਦਿਓ ਕੰਦਾਂ ਕਰ ਦਿਓ ਔਰ ਉਹਨਾਂ ਤੇ ਗੋਲੀਆਂ ਚਲਾਓ ਇਹ ਸਾਰੀਆਂ ਚੀਜ਼ਾਂ ਤੋਂ ਉਹਨਾਂ ਨੇ ਫਟਕਾਰ ਪਾਈ ਇਹਨਾਂ ਨੂੰ ਔਰ ਉਹ ਚੀਜ਼ ਨੂੰ ਰੱਖਦੇ ਫਿਰ ਉਹਨਾਂ ਨੇ ਹਰਿਆਣਾ ਨੇ ਸੁਪਰੀਮ ਕੋਰਟ ਤੱਕ ਪਹੁੰਚ ਕਰ ਲਈ ਉੱਥੋਂ ਤੱਕ ਆਪਣਾ ਜਿਹੜੀ ਜਾਂਚ ਕਾਇਦਾਰ ਕਰ ਦਿੱਤੀ ਸੀ ਪਰ ਉਹ ਤੋਂ ਪਹਿਲਾਂ ਕਿਸਾਨ ਉੱਥੇ ਇਕੱਠੇ ਹੋਏ ਸੀ ਉਹਨਾਂ ਨੇ ਫਿਰ ਆਪਣੇ ਟਰੈਕਟਰ ਟਰਾਲੀਆਂ ਦੇ ਵਿੱਚ 6 ਮਹੀਨੇ ਦਾ ਰਚਨ ਪਾ ਕੇ ਜਿਸ ਨਾਲ ਅੱਗੇ ਗਏ ਸੀ ਇਹ ਜਨਤਨ ਜਿਹੜੇ ਕਾਲੇ ਕਾਨੂੰਨ ਉਹਨਾਂ ਨੇ ਕੈਨਸਲ ਕਰਾਏ ਸੀਗੇ ਹੁਣ ਉਸੇ ਤਰ੍ਹਾਂ ਦੀ ਤਰਜ ਤੇ ਉਸੇ ਤਰ੍ਹਾਂ ਦੇ ਬੰਦਰ ਤੇ ਇਕੱਠੇ ਹੋ ਕੇ ਮਾਨਸਾ ਬਠਿੰਡਾ ਤਰਨਤਾਰਨ ਅਮਰਸਰ ਔਰ ਸੰਗਰੂਰ ਫਰੀਦਕੋਟ ਮੁਖਸਾਰ ਸਾਰੇ ਜ਼ਿਲ੍ਹਿਆਂ ਤੋਂ ਇਕੱਠੇ ਹੋ ਕੇ ਫਿਰ ਖਨੌਰੀ ਤੇ ਸ਼ੰਭੂ ਬਾਰਡਰ ਤੇ ਪਹੁੰਚੇ ਔਰ ਉਸ ਤੋਂ ਬਾਅਦ ਉੱਥੋਂ ਦਿੱਲੀ ਵੱਲ ਕੁਝ ਕੀਤਾ ਔਰ ਉੱਥੇ ਜਾ ਕੇ ਜੁਲਾਈ ਜੁਲਾਈ 28 ਦੇ ਤਰੀਕ तकरीबन ਉਹਨਾਂ ਨੇ ਉੱਥੇ ਪ੍ਰਦਰਸ਼ਨੀ ਕਰਨੀ ਆ ਜੰਤਨ ਮੰਤਰ ਤੋਂ ਹੋਣ ਕੇ ਜਾਣਗੇ ਔਰ ਬਾਕੀ ਉਹਨਾਂ ਨੇ ਇੱਕ ਕਨਸਟੀਟਿਊਸ਼ਨਲ ਪਾਰਕ ਹੈਗੇ ਉਸ ਪਾਰਕ ਦੇ ਵਿੱਚ ਜਾਣਗੇ ਔਰ ਉੱਥੇ ਲੋਕਾਂ ਨੂੰ ਜਿਹੜਾ ਉਹ ਆਪਣੇ ਮੰਗਾ ਬਾਰੇ ਦੱਸਣਗੇ ਔਰ ਲੋਕਾਂ ਦੇ ਲਈ ਪ੍ਰਦਰਸ਼ਨਾਂ ਦੇ ਵਿੱਚ ਦੱਸਣਗੇ ਕਿ ਆ ਸਾਡੀ ਰੈਲੀ ਵਿੱਚ ਸਾਡਾ ਮਨਚਾ ਇਹ ਹੈਗਾ ਜਿਹੜਾ ਹਜੇ ਤੱਕ ਲਟਕਦਾ ਜਾ ਰਿਹਾ ਹੈਗਾ ਪੰਜ ਗਰੰਟੀਆਂ ਜਿਹੜੀਆਂ ਸੀਗੀਆਂ ਐਮਐਸਪੀ ਦੀਆਂ ਉਹ ਹਜੇ ਤੱਕ ਗਵਰਨਮੈਂਟ ਨੇ ਨਹੀਂ ਕੀਤਾ ਉਹਦੇ ਚ ਜਿਹੜੀ ਫਸਲਵਾੜੀ ਹੈ ਜਿਹੜੀ ਉਹਨਾਂ ਦੀ ਜਿਹੜੀ ਅਨਾਜ ਆ ਜਿਹੜਾ ਉਹਨੂੰ ਵੇਚਣ ਲਈ ਜਿਹੜੇ ਬਾਹਰੋਂ ਆਉਂਦੇ ਨੇ ਬਾਲੇ ਸੂਬਿਆਂ 'ਚ ਵੇਚਿਆ ਜਾਂਦਾ ਉਹ ਕਹਿੰਦੇ ਅਸੀਂ ਆਪਣੇ ਮੰਡੀਕਰਨ ਵਿੱਚ ਹੀ ਵੇਚਣਾ ਪੰਜਾਬ ਵਿੱਚ ਜਿਸ ਤਰ੍ਹਾਂ ਦਾ ਝੋਨਾ ਦਾ ਕਣਕ ਹੈ ਕਿ ਉਹਨੂੰ ਵੇਚਣ ਲਈ ਉਹਦੇ ਵਿੱਚ ਉੱਥੋਂ ਹੀ ਸਰਕਾਰ ਨੂੰ ਖਰੀਦਣਾ ਚਾਹੀਦਾ ਜਿਹੜੇ ਸਟੋਰ ਨੇ ਉੱਥੇ ਉਹਨਾਂ ਦੇ ਸਟੋਰ ਵਿੱਚ ਕਣਕ ਨੂੰ ਰੱਖਣਾ ਚਾਹੀਦਾ ਨਾ ਕਿ ਬਾਕੀ ਸੂਬਿਆਂ ਵਿੱਚ ਬਗੈਰ ਮਤਲਬ ਵੀ ਲੋਕ ਖਰੀਦਣ ਲਈ ਆ ਜਾਣ ਔਰ ਇਹ ਚੀਜ਼ਾਂ ਜਿਹੜੀਆਂ ਸੀ ਗੰਨੇ ਦਾ ਭਾਅ ਉਹਨਾਂ ਨੇ ਕਿਹਾ ਰੇਟ ਜ਼ਿਆਦਾ ਕਰਨਾ ਚਾਹੀਦਾ ਨਰਮੇ ਦਾ ਰੇਟ ਜ਼ਿਆਦਾ ਕਰਨਾ ਚਾਹੀਦਾ ਕਪਾਹ ਦਾ ਰੇਟ ਹੋਰ ਜਦੋਂ ਕਿ ਅਸੀਂ ਖੇਤਾਂ ਵਿੱਚ ਪਾਣੀ ਵੀ ਦਿੰਦੇ ਫਸਲਾਂ ਨੂੰ ਸੰਭਾਲਦੇ ਵੀ ਹਾਂ ਬੀਜ ਵੀ ਔਰ ਖਾਦ ਵੀ ਪਾਉਂਦੇ ਹਾਂ ਔਰ ਪਾ ਲਾ ਕੇ ਸਾਰਾ ਖਰਚਾ ਕਰਨ ਦੇ ਬਾਵਜੂਦ ਸਾਡੇ ਹੱਥ ਵਿੱਚ ਆਉਂਦੇ ਉਹ ਨਹੀਂ ਆਮਦਨੀ ਆਉਂਦੀ ਜਿੰਨੇ ਅਸੀਂ ਸੋਚਦੇ ਹਾਂ ਔਰ ਕਿਸਾਨ ਇਸੇ ਕਰਕੇ ਅੰਦੋਲਨ ਦੇ ਪਿੱਛੇ ਲੱਗੇ ਆ ਔਰ ਇਹ ਕਰਕੇ ਹੁਣ ਦਿੱਲੀ ਨੂੰ ਜਾਂਦੇ ਆ ਪਰ ਸਰਕਾਰ ਨੂੰ ਵੀ ਚਾਹੀਦਾ ਕਿ ਉਹਨਾਂ ਦੀ ਗੱਲ ਨੂੰ ਸੁਣਨ ਜੋ ਕੁਝ ਉਹਨਾਂ ਦੇ ਨੁਮਾਇੰਦੇ ਨੇ ਉੱਤੇ ਬੈਠਣ ਕਿਉਂਕਿ ਇਹ ਤੋਂ ਪਹਿਲਾਂ ਹਰਿਆਣਾ ਸਰਕਾਰ ਨਾਲ ਇਹਨਾਂ ਦੀ ਮੀਟਿੰਗ ਹੋ ਗਈ ਸੀ ਕਿਸਾਨਾਂ ਦੀ ਪਰ ਬੇਨਤੀਜਾ ਦੇ ਵਿੱਚ ਉਹਨਾਂ ਨੇ 15 ਅਗਸਤ ਤੱਕ ਇਹਨਾਂ ਨੂੰ ਸਮਾਂ ਦਿੱਤਾ ਸੀ ਕਿ ਉਹਦੋਂ ਤੱਕ ਅਸੀਂ ਤੁਹਾਡੀਆਂ ਜਿਹੜੀਆਂ ਪੈਂਡਿੰਗ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕਰਾਂਗੇ ਔਰ ਉਸ ਤੋਂ ਬਾਅਦ ਮੇਰਾ ਖਿਆਲ ਹੈ ਕਿ ਸਾਰੀਆਂ ਮੰਗਾਂ ਜਿਹੜੀਆਂ ਲਟਕਦੀਆਂ ਨੇ ਉਹਨਾਂ ਨੂੰ ਪੂਰੀਆਂ ਕਰਨਾ ਜਾਂ ਉਹਨਾਂ ਦੀ ਸੈਂਤੀ ਪ੍ਰਤਿਕਟਾਉਣੀ ਸਰਕਾਰ ਲਈ ਬਹੁਤ ਵੱਡੀ ਗੱਲ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹਦੇ ਤੇ ਸੈਂਤੀ ਦੇਵੇ ਔਰ ਕਿਸਾਨਾਂ ਨੂੰ ਖੁਸ਼ਹਾਲ ਬਣਾਵੇ ਤੇ ਜੇ ਕਿਸਾਨ ਖੁਸ਼ਹਾਲ ਨੇ ਤੇ ਪ ਇਹ ਰੋਜ਼ੀ ਰੋਟੀ ਕਮਾਉਂਦੇ ਨੇ ਆਹ ਲੋਕਾਂ ਦੇ ਲਈ ਸਾਰਾ ਕੁਝ ਕਰਦੇ ਨੇ ਜਿਹਦੇ ਵਿੱਚ ਮਜ਼ਦੂਰ ਜਸੇ ਬੰਦੀਆਂ ਵੀ ਨਾਲ ਨੇ ਇਹਨਾਂ ਦੇ ਜਿਹੜੇ ਕੰਮ ਕਰਦੇ ਨੇ ਦਿਹਾੜੀਦਾਰ ਨੇ ਮਜ਼ਦੂਰ ਨੇ ਪਿੰਡਾਂ ਵਿੱਚ ਕੰਮ ਕਰਨ ਵਾਲੇ ਉਹ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਆ ਸਾਰੇ ਕਿਸਾਨ ਵੀ ਉਹਨਾਂ ਦੀ ਗੱਲ ਮੰਨ ਰਹੇ ਆ ਇਹ ਬੜੀ ਵੱਡੀ ਗੱਲ ਹੈਗੀ ਆ ਔਰ ਕਿਸਾਨਾਂ ਦੀ ਹਮਾਇਤ ਲਈ ਬਾਹਰਲੇ ਦੇਸ਼ਾਂ ਚੋਂ ਵੀ ਲੋਕ ਇਹਨਾਂ ਦੀ ਹਮਾਇਤ ਕਰ ਰਹੇ ਆ ਉਹਦੇ ਵਿੱਚ ਫਿਲਮੀ ਅਦਾਕਾਰ ਕ੍ਰਿਕਟਰ ਦੇ ਖਿਡਾਰੀ ਸਪੋਰਟਸਮੈਨ ਸਾਰੇ ਔਰ ਗਾਇਕ ਸਾਰੇ ਇਹਨਾਂ ਦੇ ਵੱਲ ਆ ਔਰ ਚਾਹੁੰਦੇ ਜਦੋਂ ਕਿਸੇ ਦੀ ਵਾਜਬ ਮੰਗਾ ਜਨਨ ਡਿਮਾਂਡ ਹੁੰਦੀ ਹੈ ਸਾਰੇ ਕਹਿੰਦੇ ਕਿ ਇਹਨਾਂ ਨੂੰ ਮੰਗ ਮਿਲਣੀ ਚਾਹੀਦੀ ਹੈ ਕਿਉਂਕਿ ਰੋਜੀ ਰੋਟੀ ਦੇਣ ਵਾਲਾ ਕਿਸਾਨ ਹੈ ਸਾਰੇ ਦੇਸ਼ ਨੂੰ ਦੇਸ਼ ਦੇ ਵਿੱਚ ਜੋ ਖਾਣਾ ਅਸੀਂ ਖਾ ਰਹੇ ਹਾਂ ਔਰ ਅਸੀਂ ਅਨਾਜ ਦੀਆਂ ਪੋਰੀਆਂ ਪਰ ਪਰ ਕੇ ਲੈ ਜਾ ਰਹੇ ਹਾਂ ਕਿਸਾਨਾਂ ਦੀ ਪੈਦਾਵਾਰੀ ਹੈ ਕਿਸਾਨਾਂ ਨੇ ਸਾਨੂੰ ਦਿੱਤਾ ਕਿਸਾਨ ਹੀ ਰੋਜੀ ਰੋਟੀ ਦੇ ਜਿਹੜੇ ਕਰਨ ਦੇ ਯੋਗ ਨਹੀਂ ਔਰ ਇਸ ਤੋਂ ਬਾਅਦ ਅਸੀਂ ਆਖਰੀ ਜਿਹੜਾ ਹੈਗਾ ਉਹ ਹੈਗਾ ਕਿ ਵਿਸ਼ਾਕੇ ਭਗਵੰਤ ਮਾਨ ਮਾਝੇ ਤੇ ਦੁਆਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਲਈ ਹਰ ਹਫਤੇ ਦੋ ਦਿਨ ਜਲੰਧਰ ਆਇਆ ਕਰਨਗੇ ਅਜੋਨਾ ਨੇ ਕਹਿਤਾ ਕਿ ਫੇਸਬੁਕ ਤੇ ਕਿ ਮੈਂ ਖਾਸ ਕਰਕੇ ਜਲੰਧਰ ਆਪ ਆਇਆ ਕਰੂੰਗਾ ਹਾਲਾਂਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਮੁੱਖ ਮੰਤਰੀ ਵਿੰਡੋ ਸੀਐਮ ਵਿੰਡੋ ਬਣਾ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਉੱਤੇ ਲੈ ਕੇ ਦਿੱਤੀਆਂ ਜਾਣਗੀਆਂ ਕਾਊਂਟਰ ਬਣ ਗਏ ਆ ਔਰ ਉਹਨਾਂ ਕਾਊਂਟਰਾਂ ਤੇ ਜਿਹੜੀਆਂ ਕੁੜੀਆਂ ਮੁੰਡੇ ਬੈਠੇ ਆ ਔਰ ਉਹ ਸਾਰੇ ਉਹ ਸਮੱਸਿਆਵਾਂ ਜਾਣ ਲੈ ਕੇ ਆਉਂਦੇ ਲਿਖੇ ਦਿਓ ਉਹਦੇ ਵਿੱਚ ਉਹਨਾਂ ਨੂੰ ਫਿਰ ਉਹਨਾਂ ਲਫਾਫਾ ਬੰਦ ਕਰਕੇ ਡਿਪਟੀ ਡਾਇਰੈਕਟਰ ਜਿਹੜੇ ਨੇ ਇਹਦੇ ਸਲੋਕ ਸੰਪਰਕ ਦੇ ਉਹਨਾਂ ਨਾਲ ਔਰ ਉਸ ਤੋਂ ਬਾਅਦ ਡਿਊਟੀ ਕਮਿਸ਼ਨਰ ਵੀ ਨੂੰ ਕੋ ਜਾਣ ਕੇ ਹੋ ਰਹੇ ਉਸ ਸਮੱਸਿਆ ਦਾ ਹੱਲ ਕਰਨਗੇ ਔਰ ਉਹਦੀ ਪੈਰਵਾਇਜ਼ ਸਾਰਾ ਕੁਝ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਪ ਕਰਨਗੇ ਔਰ ਹੁਣੋ 24 25 ਨੂੰ ਇੱਥੇ ਜਲੰਧਰ ਆਗਰ ਆ ਰਹੇ ਨੇ ਔਰ ਇਹਦੇ ਵਿੱਚ ਇਹਨਾਂ ਨੇ ਖਾਸ ਤੌਰ ਤੇ ਲੋਕਾਂ ਦੀ 에너지 ਸਮੱਸਿਆਵਾਂ ਨਹੀਂ ਜਿਹੜੀਆਂ ਸਰਕਾਰੀ ਤੌਰ ਤੇ ਉਹਨਾਂ ਦੀ ਸਮੱਸਿਆਵਾਂ ਨੇ ਜਿਹਦੇ ਵਿੱਚ ਕੋਈ ਉਹਨਾਂ ਦੀ ਬੱਚਿਆਂ ਦੀ ਸਮੱਸਿਆਵਾਂ ਨੇ ਜਿਹਦੇ ਵਿੱਚ ਉਹਨਾਂ ਦੇ ਐਜੂਕੇਸ਼ਨ ਨਾਲ ਰਿਲੇਟਡ ਸਮੱਸਿਆਵਾਂ ਨੇ ਜਿਹਦੇ ਵਿੱਚ ਉਹਨਾਂ ਨੂੰ ਬੇਰੋਜ਼ਗਾਰੀ ਦੀ ਕੋਈ ਸਮੱਸਿਆ ਜਾਂ ਨੌਕਰੀ ਦੀ ਸਮੱਸਿਆ ਆ ਗਿਆ ਖਾਸ ਤੌਰ ਤੇ ਭਗਵੰਤ ਮਾਨ ਜੀ ਆਪ ਸੁਣਿਆ ਕਰਨਗੇ ਦੋ ਦਿਨ ਉਹਨਾਂ ਨੇ ਕਹਤਾ ਕਿ ਮਾਝੇ ਤੋਂ ਮਿਲ ਲੋਕ ਆ ਸਕਦੇ تھے ਅਮਰਸਾ ਤੋਂ ਔਰ ਤਰਨ ਤਰਨ ਤੋਂ ਰਈਏ ਤੋਂ ਬਾਕੀ ਜਿੰਨਾ ਵੀ ਏਰੀਆ ਹੈਗਾ ਲੱਗਦਾ ਉਹ ਲੋਕ ਆ ਰਜਲੈਂਦਰ ਦੇ ਖਾਸ ਕਰਕੇ ਦਵਾਬੇ ਦੇ ਲੋਕ ਜਿਹੜੀ ਨੇ ਐਨ ਆਰ ਆਈ ਵੀਰ ਵੀ ਇੱਥੇ ਨੇ ਇਹਨਾਂ ਦੀ ਐਸੋਸੀਏਸ਼ਨ ਵੀ ਹੈ ਕੁਛ ਇਹਨਾਂ ਦੀ ਜਾਇਦਾਦਾਂ ਦਾ ਵੀ ਝਗੜਾ ਹੈਗਾ ਜਿੱਥੇ ਜਿੱਥੇ ਐਨ ਆਰ ਆਈ ਵੀਰਾਂ ਦੀਆਂ ਜਾਇਦਾਦ ਪ੍ਰਾਪਰਟੀ ਹੈ ਉਹ ਕਈਆਂ ਲੋਕਾਂ ਨੇ ਆ ਭੜਬ ਕੀਤੀ ਹੈ ਜਿਨ੍ਹਾਂ ਨੂੰ ਉਹਨਾਂ ਨੇ ਰੱਖ ਹੀ ਲਈ ਦਿੱਤੀ ਜਾਂ ਕੇ ਰੰਗ ਦਿੱਤੀ ਵੀ ਤੁਸੀਂ ਇਹਨੂੰ ਸੰਭਾਲੋ ਉਹ ਹੜੱਪ ਕਰਕੇ ਉਹਨਾਂ ਨੇ ਕਬਜ਼ਾ ਕੀਤਾ ਉਹਦੇ ਚੋਂ ਪੁਲਿਸ ਨੂੰ ਖਾਸ ਤੌਰ ਤੇ ਹਦਾਇਤਾਂ ਦਿੱਤੀ ਭਗਵੰਤ ਮਾਨ ਜੀ ਨੇ ਕਿ ਇਹ ਮਸਲੇ ਜਿਹੜੇ ਬਿਲਕੁਲ ਲੋਕਾਂ ਤੱਕ ਪਹੁੰਚਾਉਣੇ ਚਾਹੀਦੇ ਆ ਲੋਕਾਂ ਨੂੰ ਦੱਸਣਾ ਚਾਹੀਦਾ ਅਸੀਂ ਡੋਰ ਟੂ ਡੋਰ ਵੀ ਜਾਵਾਂਗੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹਨਾਂ ਨੂੰ ਸੁਣਾਂਗੇ ਉਹ ਕਹਿੰਦੇ ਨੇ ਕਿ ਇਸ ਕਰਕੇ ਹੀ ਲੋਕਾਂ ਨੇ ਸੱਲ ਨੂੰ ਸੁਣਿਆ ਔਰ ਉਸ ਤੋਂ ਬਾਅਦ ਭਗਵੰਤ ਮਾਨ ਜੀ ਨੇ ਵੀ ਕਿਹਾ ਤਾਂ ਕਿ ਅਸੀਂ ਸਾਡੀ ਜਿਹੜੀ ਆਪ ਪਾਰਟੀ ਆ ਇਹ ਨੈਸ਼ਨਲ ਪਾਰਟੀ ਆ ਅਸੀਂ ਹੁਣ ਹਰਿਆਣੇ ਦੀਆਂ ਇਲੈਕਸ਼ਨ ਲੜਨ ਦੀ ਜਿਹੜਾ ਸਕੰਜਾ ਕਿਸਾਂ ਦੇ ਲੋਕਾਂ ਦੇ ਔਰ ਹਰਿਆਣੀਆਂ ਦੀਆਂ ਜਿਹੜੀਆਂ ਚੋਣਾਵਾਂ ਉਹ ਅਸੀਂ ਆਪ ਲੜਾਂਗੇ ਔਰ ਉਹਦੇ ਵਿੱਚ ਜਿੱਤ ਪ੍ਰਾਪਤ ਕਰਾਂਗੇ, ਮੋਮਦ ਪ੍ਰਾਪਤ ਕਰਾਂਗੇ। ਔਰ ਉਹਦੇ ਵਿੱਚ ਜੋ ਉਹਨਾਂ ਨੇ ਕਹਤਾ ਕਿ ਜਿਹੜੀਆਂ 5 ਗਰੰਟੀ ਸਹੂਲਤਾਂ ਨੇ ਉਸੇ ਤਰ੍ਹਾਂ ਦੇ ਗੋ ਜੋ ਪੰਜਾਬ ਵਿੱਚ ਦਿੱਤੀਆਂ ਗਈਆਂ ਔਰ ਜੋ ਦਿੱਲੀ ਵਿੱਚ ਦਿੱਤੀਆਂ ਨੇ ਕੇਵਲ ਸਰਕਾਰ ਨੇ ਔਰ ਉਹਨਾਂ ਨੇ ਕਹਤਾ ਕਿ ਅਸੀਂ ਵੀ ਉਸੇ ਤਰ੍ਹਾਂ ਦੀਆਂ ਸਾਰੀਆਂ ਸਹੂਲਤਾਂ ਹਰਿਆਣਾ ਦੇ ਪਬਲਿਕ ਨੂੰ ਲੋਕਾਂ ਨੂੰ ਦੇਵਾਂਗੇ ਔਰ ਲੋਕ ਸਾਡੇ ਨਾਲ ਨੇ ਅਸੀਂ ਚੋਣੇ ਆ ਕਿ ਲੋਕ ਸਾਡਾ ਪਾਕਪੁਰਨ ਅਸੀਂ ਉਹਨਾਂ ਦੇ ਲਈ ਸੂਤਾਂ ਲੈ ਕੇ ਆਵਾਂਗੇ ਔਰ ਵੇਖੋ ਅੱਗੇ ਹੁਣ ਲੋਕ ਕੀ ਸੋਚਦੇ ਨੇ ਕਿ ਨੀਤੀ ਕੀ ਲੈ ਕੇ ਆਉਣਗੇ ਇਹ ਡਿਪੈਂਡ ਕਰਦਾ ਲੋਕਾਂ ਤੇ ਜਿਹੜੇ ਵੋਟਰ ਨੇ ਉਹਨਾਂ ਤੇ ਡਿਪੈਂਡ ਕਰਦਾ ਔਰ ਪਿਆਰੇ ਦਰਸ਼ਕੋ ਤੁਸੀਂ ਇਸ ਪ੍ਰੋਗਰਾਮ ਨੂੰ ਬੜੀ ਨੀਜ਼ ਲਾ ਕੇ ਸੁਣਦੇ ਜੀ ਵੇਖਦੇ ਜੀ ਔਰ ਬਹੁਤ-ਬਹੁਤ ਸ਼ੁਕਰੀਆ ਔਰ ਇਦਿਨਾਲ ਪ੍ਰੋਗਰਾਮ ਦਾ ਸਮਾਪਤੀ ਹੁੰਦੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਬਾਕੀ ਸ਼ੇਅਰ ਵੀ ਕਰੋ ਔਰ ਉਹਦੇ ਨਾਲ ਸਾਰੇ ਉਹਦੇ ਜ ਆਪਣੇ ਕਮੈਂਟ ਵੀ ਦਿਓ ਕਮੈਂਟਸ ਦੇ ਕੇ ਤੇ ਪਤਾ ਜਿਹੜੇ ਜਿੱਥੇ ਪ੍ਰੋਗਰਾਮ ਨੂੰ ਸਧਾਰਨ ਦੀ ਕੋਈ ਗੁੰਜਾਇਸ਼ ਆ ਉਹ ਵੀ ਦੱਸੋ ਔਰ ਅਸੀਂ ਤੁਹਾਡਾ ਬਹੁਤ ਦਿਲੋਂ ਸ਼ੁਕਰੀਆ ਕਰਦੇ ਆ ਔਰ ਬਹੁਤ-ਬਹੁਤ ਧੰਨਵਾਦ ਤੇ ਸਤ ਸ੍ਰੀ ਅਕਾਲ ਜੀ